ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਫ ਕਰਨਾ ਥੋੜਾ ਜਿਹਾ ਕਿਸੇ ਟੈਕਨੀਕਲ ਇਸ਼ੂ ਕਰਕੇ ਲੇਟ ਹੋ ਗਏ ਆਈ ਥਿੰਕ ਵੀ ਆਰ 7 ਮਿੰਟਸ ਲੇਟ ਰਾਈਟ ਸੌਰੀ ਐਂਡ ਜਲਦੀ ਜਲਦੀ ਆ ਜਾਓ ਸਾਰੇ ਤਾਂ ਕਿ ਆਪਾਂ ਫਿਰ ਸੈਸ਼ਨ ਨੂੰ ਸਟਾਰਟ ਕਰ ਦਈਏ ਅੱਜ ਅਸੀਂ ਕਰਨਾ ਆ ਪਾਸ਼ ਆਧੁਨਿਕ ਕਵੀਆਂ ਦੇ ਵਿੱਚ ਓਕੇ ਚਲੋ ਜੀ ਫਿਰ ਕਰ ਦੋ ਫਟਾਫਟ ਸਟ੍ਰੀਮ ਨੂੰ ਸਟਾਰਟ हां जी एक चीज प्लीज ਮੈਨੂੰ ਕਲੀਅਰ ਕਰ ਦੇਣਾ ਕਿ ਤੁਹਾਨੂੰ ਦੋਨੋਂ ਚੀਜ਼ਾਂ ਕਲੀਅਰ ਹੈਗੀਆਂ ਆ ਸਕਰੀਨ ਐਂਡ ਸਾਊਂਡ ਓਕੇ ਲੇਟ ਹੋਣ ਕਰਕੇ ਹੋ ਸਕਦਾ ਅੱਜ ਕੁਝ ਸਟੂਡੈਂਟ ਆਲਮੋਸਟ ਆਬਵੀਅਸਲੀ ਲੇਟ ਹੀ ਆਣਗੇ ਯੈਸ ਪਲੀਜ਼ ਮੈਨੂੰ ਕਲੀਅਰ ਕਰ ਦਿਓ ਇੱਕ ਵਾਰ ਸਾਊਂਡ ਐਂਡ ਜੋ ਸਕਰੀਨ ਐ ਕਲੀਅਰ ਐ ਤਾਂ ਕਿ ਫਿਰ ਆਪਾਂ ਸਟਾਰਟ ਕਰੀਏ ਅੱਜ ਦੇ ਸੈਸ਼ਨ ਨੂੰ हां जी ਜਿਹੜੇ ਸਟੂਡੈਂਟਸ ਫਸਟ ਟਾਈਮ ਦੇਖਣਗੇ ਉਹਨਾਂ ਦੇ ਲਈ ਦੱਸ ਦਿਆਂ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਧੁਨਿਕ ਕਾਵਨ ਨੂੰ ਕਰ ਰਹੇ ਹਾਂ ਜੋ ਕਿ ਮਾਸਟਰ ਕੈਡਰ ਦੇ ਲਈ ਔਰ UGC ਦੇ ਲਈ ਦੋਨਾਂ ਦੇ ਲਈ ਹੀ ਇੰਪੋਰਟੈਂਟ ਰਹੇਗਾ ਓਕੇ ਤੇ ਜਿਹੜੇ ਵੀ ਬੱਚੇ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੈ ਜਾਂ ਫਿਰ ਕੋਈ ਅਹੋਜਾ ਐਗਜ਼ਾਮ ਜਿਸ ਦੇ ਵਿੱਚ ਪੰਜਾਬੀ ਸਾਹਿਤਿਕ ਪਾਠ ਹੈ ਤਾਂ ਉਸ ਦੇ ਲਈ ਸਾਰੇ ਦੇ ਸਾਰੇ ਸੈਸ਼ਨ ਇੰਪੋਰਟੈਂਟ ਰਹਿਣਗੇ ਗੁੱਡ ਈਵਨਿੰਗ ਹਰਜੀਤ ਜੀ ਓਕੇ ਜਲਦੀ ਜਲਦੀ ਇੱਕ ਵਾਰ ਗਰੁੱਪ ਦੇ ਵਿੱਚ ਹੀ ਮੈਸੇਜ ਲਗਾ ਦੋਗੇ ਹਰਜੀਤ ਜੀ कि सेशन स्टार्ट हो गया क्योंकि आज मैं लेट होगी ना इसलिए आई थिंक काफ़ी सारे स्टूडेंट्स होंगे जड़े जेडे जिन्होंने पता भी नहीं चलिया होना हेलो मीनाक्षी जी ओके प्लीज़ डू वन फेवर फॉर मी अपने ग्रुप मैसेज लगा दो प्लीज़ ओके एंड प्लीज़ एक बार मैं कन्फर्म भी कर दो स्क्रीन एंड साउंड बोथ आर क्लियर ओके कर दिता थैंक यू सो मच हरजीत जी, जी ओके okay, सारे आ गयो वेरी गुड शशिकाल कुलविंदर जी एक्चुअली uh, कुल आज ਥੋੜਾ ਜਿਹਾ ਨਾ ਟੈਕਨੀਕਲ ਇਸ਼ੂ ਹੋ ਰਿਹਾ ਸੀਗਾ ਐਂਡ ਮੇਰੇ ਕੋਲ ਇਸ ਕਰਕੇ ਸਟ੍ਰੀਮ ਦੀ ਕੀ ਵੀ ਨਹੀਂ ਬਣ ਪਾਈ ਇਸੇ ਲਈ ਪਹਿਲਾਂ ਤੁਹਾਨੂੰ ਮੈਸੇਜ ਵੀ ਨਹੀਂ ਆਇਆ ਹੋਣਾ ਜਿਹੜਾ ਹਾਫ ਐਨ ਆਵਰ ਪਹਿਲਾਂ ਹੀ ਆ ਜਾਂਦਾ ਹੁੰਦਾ ਹੈ ਡੇਲੀ ਹੈ ਨਾ ਨੋਟੀਫਿਕੇਸ਼ਨ ਦੇ ਵਿੱਚ ਬਟ ਅੱਜ ਨਹੀਂ ਆਇਆ ਹੋਣਾ ਦਿਸ ਵਾਸ ਦ ਰੀਜ਼ਨ ਐਕਚੁਅਲੀ ওকে ওকে ਥੈਂਕ ਯੂ ਸੋ ਮਚ ਚਲੋ ਫਿਰ ਸਟਾਰਟ ਕਰ ਦਿੰਦੇ ਆ ਪਾਸ ਦੇ ਬਾਰੇ ਦੇ ਵਿੱਚ ਦੇਖਦੇ ਆ ਔਰ ਇਹ ਵਾਲੇ ਜਿਹੜੇ ਤੁਹਾਨੂੰ ਕਰੈਕਟਰ ਦਿਖਣਗੇ ਨਾ ਪਾਸ਼ ਇਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਕਰੈਕਟਰ ਨੇ ਇਹਨਾਂ ਨੂੰ ਪੜਦੇ ਹੋਏ ਤੁਸੀਂ ਫੀਲ ਕਰਨਾ ਸਟਾਰਟ ਕਰੋਗੇ ਕਿ ਯੈਸ ਥਿਸ ਇਸ ਦਾ ਪਰਸਨ ਕਿੰਨਾ ਕੁਛ ਇਹਨਾਂ ਨੇ ਆਪਣੀ ਛੋਟੀ ਜੀ ਲਾਈਫ ਦੇ ਵਿੱਚ ਹੀ ਗੇਨ ਕੀਤਾ ਸੀਗਾ ਓਕੇ ਤਾਂ ਇਹਨਾਂ ਬਾਰੇ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਇੱਕ ਕੋਟ ਦੇਖ ਲਾਂਗੇ ਰਾਈਟ ਔਰ ਇਹ ਉਹ ਕੋਟ ਹੈ ਜੋ ਕਿ ਪੇਪਰ ਦੇ ਵਿੱਚ ਆਲਮੋਸਟ ਪੁੱਛੀ ਗਈ ਹੋਈ ਹੈ ਓਕੇ ਪਾਸ਼ ਨੇ ਬੋਲਿਆ ਮੈਂ ਉਮਰ ਪਰ ਜਿਸ ਦੇ ਖਿਲਾਫ ਸੋਚਿਆ ਤੇ ਲਿਖਿਆ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ਦੇ ਵਿੱਚੋਂ ਮੇਰਾ ਨਾਂ ਕੱਟ ਦਿਓ ਕੀ ਤੁਹਾਨੂੰ ਸਮਝ ਆ ਰਹੀ ਹੈ ਕਿ ਕਿਤੇ ਨਾ ਕਿਤੇ ਇਸ ਦੇ ਵਿੱਚ ਐਡਾ ਲੱਗ ਰਿਹਾ ਜਿਵੇਂ ਕਿ ਪਾਸ ਨਾ ਕਿਸੇ ਨਾ ਕਿਸੇ ਚੀਜ਼ ਦੀ ਪੜਾਅਸ ਨਿਕਾਲ ਰਹੇ ਨੇ ਹੈਨਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹਨਾਂ ਨੂੰ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਕਿਸੇ ਚੀਜ਼ ਦੇ ਐਂਟੀ ਬੋਲ ਰਹੇ ਨੇ ਹੈਨਾ ਇਹ ਇਹਨਾਂ ਦੇ ਵਰਡਿੰਗ ਤੋਂ ਸਾਨੂੰ ਪਤਾ ਚੱਲ ਰਿਹਾ ਹੈ ਕਿ ਕੁਝ ਨਾ ਕੁਝ ਹੈ ਜੋ ਇਹਨਾਂ ਦੇ ਅੰਦਰ ਹੈ ਉਹ ਵਲਵਲੇ ਇਹ ਬਾਹਰ ਕੱਢਣਾ ਚਾਹੁੰਦੇ ਆ ਗੁੱਸੇ ਦੇ ਵਿੱਚ ਲਿਖੀ ਹੋਈ ਕੋਟ ਲੱਗ ਰਹੀ ਹੈ ਬਿਲਕੁਲ ਇਹਨਾਂ ਦੀਆਂ ਜਦੋਂ ਤੁਸੀਂ ਰਚਨਾਵਾਂ ਪੜੋਗੇ ਤਾਂ ਤੁਹਾਨੂੰ ਇਹ ਕੋਟ ਧੀਰੇ ਧੀਰੇ ਸਮਝ ਆਨ ਲੱਗ ਜਾਏਗੀ ਕਿ ਇਹਨਾਂ ਨੇ ਇਸ ਤਰ੍ਹਾਂ ਕਿਉਂ ਲਿਖਿਆ ਠੀਕ ਹੈ ਤਾਂ ਫਿਰ ਪਹਿਲਾਂ ਅਸੀਂ ਸਟਾਰਟ ਕਰਾਂਗੇ ਬਿਲਕੁਲ ਇਹਨਾਂ ਦੇ ਬੇਸਿਕ ਤੋਂ ਜਨਮ ਇਹਨਾਂ ਦਾ ਹੋਇਆ 9 ਸਤੰਬਰ 1950 ਨੂੰ ਪਿੰਡ ਹੈ ਤਲਵੰਡੀ ਸਲੇਮ ਫਿਰ ਤੋਂ ਆ ਗਿਆ ਜੀ ਸਾਡਾ ਜਲੰਧਰ ਤਾਂ ਜਲੰਧਰ ਤਾਂ ਬਿਲਕੁਲ ਅਦਾ ਲੱਗਦਾ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਸਾਡੇ ਕਵੀਆਂ ਦਾ ਗੜ ਹੁੰਦਾ ਸੀ ਆਧੁਨਿਕ ਕਵੀ ਜ਼ਿਆਦਾ ਹੀ ਜਲੰਧਰ ਦੇ ਵਿੱਚ ਹੀ ਪੈਦਾ ਹੋਏ ਨੇ ਪੰਜਾਬ ਦੇ ਠੀਕ ਹੈ ਔਰ ਕੁਝ ਐਦਾਂ ਦੇ ਸੀ ਜਿਹੜੇ ਪੈਦਾ ਪਾਕਿਸਤਾਨ ਦੇ ਵਿੱਚ ਹੋਏ ਬਾਅਦ ਦੇ ਵਿੱਚ ਆ ਕੇ ਜਲੰਧਰ ਵਿੱਚ ਵਸ ਗਏ ਤਾਂ ਇਸ ਦਾ ਮਤਲਬ ਜਲੰਧਰ ਦੇ ਨਾਲ ਸਾਡੇ ਆਧੁਨਿਕ ਕਵੀਆਂ ਦਾ ਕਾਫੀ ਜ਼ਿਆਦਾ ਨੇੜੇ ਦਾ ਰਿਸ਼ਤਾ ਰਿਹਾ ਉਹਨਾਂ ਦਾ ਅਸਲੀ ਨਾਮ ਕੀ ਸੀਗਾ ਇਹਨਾਂ ਦਾ ਨਾਮ ਸੀ ਅਵਤਾਰ ਸਿੰਘ ਸੰਧੂ ਪਾਸ਼ ਤਾਂ ਇਹਨਾਂ ਨੇ ਬਹੁਤ ਬਾਅਦ ਦੇ ਵਿੱਚ ਲਗਾਉਣਾ ਸ਼ੁਰੂ ਕੀਤਾ ਹੈ ਇਸ ਦੇ ਬਾਰੇ ਵਿੱਚ ਇੱਕ ਸਟੋਰੀ ਵੀ ਹੈਗੀ ਹੈ ਉਹ ਅਸੀਂ ਅੱਗੇ ਕਰਾਂਗੇ ਕਿ ਪਾਸ਼ ਨੂੰ ਪਾਸ਼ ਕਦੋਂ ਬੋਲਿਆ ਜਾਣ ਲੱਗਿਆ ਕਦੋਂ ਇਹਨਾਂ ਨੇ ਆਪਣੇ ਨਾਮ ਦੇ ਨਾਲ ਉਪਨਾਮ ਲਗਾਇਆ ਪਾਸ਼ ਠੀਕ ਹੈ ਫਿਲਹਾਲ ਅਸੀਂ ਇਹਨਾਂ ਦੀ ਬੇਸਿਕਸ ਦੇਖ ਰਹੇ ਹਾਂ ਤਾਂ ਅਵਤਾਰ ਸਿੰਘ ਸੰਧੂ ਇਹਨਾਂ ਦਾ ਨਾਮ ਸੀ ਕਿਸਾਨ ਪਰਿਵਾਰ ਤੋਂ ਇਹ ਬਿਲੋਂਗ ਕਰਦੇ ਸੀ ਪਿਤਾ ਜੀ ਦਾ ਨਾਮ ਸੀ ਮੇਜਰ ਸੋਹਨ ਸਿੰਘ ਔਰ ਇਹ ਸਾਡੇ ਭਾਰਤੀ ਫੌਜ ਦੇ ਵਿੱਚ ਸਿਪਾਹੀ ਸੀਗੇ ਓਕੇ ਔਰ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਪਿਤਾ ਜੀ ਨੂੰ ਵੀ ਕਵਿਤਾਵਾਂ ਲਿਖਣ ਦਾ ਸ਼ੌਂਕ ਸੀਗਾ ਪਰ ਇਹਨਾਂ ਦਾ ਸਿਰਫ ਸ਼ੌਂਕ ਹੈ ਹੌਬੀ ਹੈ ਠੀਕ ਹੈ ਇਹਨਾਂ ਨੇ ਆਪਣੇ ਕਿਤੇ ਵਜੋਂ ਨਹੀਂ ਅਪਣਾਇਆ ਸੀਗਾ ਕਵਿਤਾਵਾਂ ਲਿਖਣ ਨੂੰ ਪਰ ਸ਼ਾਇਦ ਕਿਤੇ ਨਾ ਕਿਤੇ ਵਿਰਾਸਤ ਦੇ ਵਿੱਚ ਇਹ ਕਵਿਤਾਵਾਂ ਲਿਖਣ ਦਾ ਜਿਹੜਾ ਹੁਨਰ ਹੈ ਇਹ ਪਾਸ਼ ਨੂੰ ਵੀ ਮਿਲਿਆ ਓਕੇ ਮਾਤਾ ਜੀ ਦਾ ਨਾਮ ਦੇਖੋਗੇ ਤਾਂ ਦੋ ਹੈਗੇ ਆ ਦੋ ਕਿਉਂ ਹੈ ਪਤਾ ਨਹੀਂ ਪਰ ਕਿਤੇ ਕਿਤੇ ਕਿਤਾਬ ਦੇ ਵਿੱਚ ਨਸੀਬਕੌਰ ਲਿਖਿਆ ਹੋਇਆ ਹੈ ਕਿਤੇ ਕਿਤੇ ਸ਼ਿਵ ਸੋਮ ਲਿਖਿਆ ਹੋਇਆ ਹੈ ਜ਼ਿਆਦਾ ਵੈਸੇ ਨਸੀਬਕੌਰ ਹੀ ਬੋਲਿਆ ਜਾਂਦਾ ਪਰ ਤੁਸੀਂ ਦੋਨੋਂ ਹੀ ਨਾਮ ਯਾਦ ਰੱਖ ਲੈਣਾ ਓਕੇ ਗੁੱਡ ਈਵਨਿੰਗ ਸਰੋਜੀ ਗੁਰਸ਼ਰਨ ਜੀ ਐਂਡ ਦੀਪ ਜੀ ਓਕੇ ਹੁਣ ਅਸੀਂ ਦੇਖਣਾ ਹੈ ਜਿਸ ਟਾਈਮ ਦੇ ਉੱਪਰ ਪਾਰਸ ਦਾ ਜਨਮ ਹੋਇਆ ਦੇਖਿਓ ਜਰਾ 1950 ਦੇ ਨੇੜੇ ਦੀ ਗੱਲ ਹੈ ਹੈਨਾ ਇਸ ਟਾਈਮ ਦੇ ਵਿੱਚ ਨਾ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਈਵਨ नक्सली ਲਹਿਰ ਬਹੁਤ ਜ਼ਿਆਦਾ ਚੱਲ ਰਹੀ ਸੀ ਜਿਹੜੇ ਜ਼ਿੰਮੇਦਾਰ ਸੀਗੇ ਉਦਯੋਗਪਤੀ ਸੀ ਔਰ ਵਪਾਰੀ ਸੀ ਇਹਨਾਂ ਦੇ ਅਗੇਂਸਟ ਲੋਕ ਇੰਨਾ ਜ਼ਿਆਦਾ ਬੋਲ ਰਹੇ ਸੀ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਇੱਕ ਇਨਕਲਾਬ ਦੀ ਲਹਿਰ ਚੱਲ ਰਹੀ ਸੀ ਇਹਨਾਂ ਤਿੰਨਾਂ ਚੀਜ਼ਾਂ ਦੇ ਅਗੇਂਸਟ ਠੀਕ ਹੈ ਇਹਨਾਂ ਨੇ ਜਿੰਨਾ ਵੀ ਲੋਕਾਂ ਨੂੰ ਦਬਾਇਆ ਹੋਇਆ ਸੀ ਉਹ ਸਾਰੇ ਲੋਕ ਹੁਣ ਇਹਨਾਂ ਦਾ ਵਿਦਰੋਹ ਕਰਨਾ ਸਟਾਰਟ ਕਰ ਚੁੱਕੇ ਸੀ ਸਿਰਫ ਐਨਾ ਤਿੰਨਾਂ ਦੀ ਹੀ ਗੱਲ ਨਹੀਂ ਹੈ ਇਸ ਦੇ ਨਾਲ ਨਾਲ ਜਿਹੜੇ ਵਿਦਿਆਰਥੀ ਸੀ ਕਿਸਾਨ ਸੀ ਮਜ਼ਦੂਰ ਸੀ ਗੱਲ ਕਰੋ ਹਰ ਇੱਕ ਸਾਡਾ ਛੋਟਾ ਤਬਕਾ ਜਿਹੜਾ ਕਿ ਆਵਾਜ਼ ਨਹੀਂ ਆ ਰਹੀ ਅ ਇੱਕ ਮਿੰਟ ਟੁਕਨਾ ਵੇਟ ਅ ਮਿੰਟ ਪਲੀਜ਼ ਹਾਊ ਇਜ਼ ਥਿਸ ਪੋਸੀਬਲ ਕਿ ਬਾਕੀਆਂ ਨੂੰ ਵੀ ਆਵਾਜ਼ ਨਹੀਂ ਆ ਰਹੀ ਹੈ ਪਲੀਜ਼ ਬਾਕੀ ਸਟੂਡੈਂਟ ਮੈਨੂੰ ਇੱਕ ਵਾਰ ਕਨਫਰਮ ਕਰਨਗੇ आवाज आ रही है या नहीं आ रही बट एथों ता आवाज आ रही है ओके आयुषी प्लीज एक बार ਤੁਸੀਂ ਐਗਜ਼ਿਟ ਕਰਕੇ ਨਾ ਦੁਬਾਰਾ ਐਂਟਰ ਕਰ ਲਓ ਠੀਕ ਹੈ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਇੱਕ ਵਾਰੀ ਤੁਹਾਨੂੰ ਦੁਬਾਰਾ ਐਂਟਰ ਕਰਨਾ ਪਏਗਾ आवाज ਆ ਜਾਏਗੀ 올राइट ठीक है जी चलो ओके एक बार मेनू ਪਹਿਲਾਂ ਉਹ ਵਾਲੀ ਲੈ ਦੇ ਵਿੱਚ ਦੁਬਾਰਾ ਆ ਲੰਦੋ ओके राइट ਮੈਨੂੰ ਲੱਗਿਆ ਸ਼ਾਇਦ ਮੈਂ ਮਿਊਟ ਨਾ ਕਰ ਦਿੱਤਾ ਹੋਵੇ ਇਸ ਲਈ ਫਿਰ ਮੈਂ ਬੈਕ ਜਾ ਕੇ ਦੇਖਣਾ ਸਟਾਰਟ ਕਰਤਾ ਸੀ ਓਕੇ ਠੀਕ ਹੈ ਜੀ ਤਾਂ ਹੁਣ ਅਸੀਂ ਇੱਥੇ ਕੀ ਗੱਲ ਕਰ ਰਹੇ ਸੀ ਕਿ ਜਿਸ ਟਾਈਮ ਦੇ ਉੱਪਰ ਹੁਨੇ ਪਾਸ ਜੀ ਦਾ ਜਨਮ ਹੋਇਆ ਉਸ ਟਾਈਮ ਦੇ ਵਿੱਚ नक्सਲਵਾਦੀ ਲਹਿਰਾਂ ਤਾਂ ਚੱਲ ਹੀ ਰਹੀਆਂ ਇਸ ਦੇ ਨਾਲ ਨਾਲ ਸਾਰੇ ਲੋਕ ਜਿਹੜੇ ਐ ਉਹ ਇਨਕਲਾਬੀ ਲਹਿਰ ਲੈ ਕੇ ਆਏ ਹੋਏ ਐ ਉਦਯੋਗਪਤੀਆਂ ਖਿਲਾਫ ਵਪਾਰੀਆਂ ਦੇ ਖਿਲਾਫ ਠੀਕ ਹੈ ਬਟ ਇਹਦੇ ਨਾਲ ਨਾਲ ਜਿਹੜੇ ਸਟੂਡੈਂਟ ਐ ਉਹ ਵੀ ਪਿੱਛੇ ਨਹੀਂ ਸੀਗੇ ਵਿਦਿਆਰਥੀ ਵੀ ਸੀਗੇ ਕਿਸਾਨ ਵੀ ਸੀਗੇ ਸਾਰਿਆਂ ਨੇ ਹੀ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ ਪ੍ਰਸ਼ਾਸਨ ਦੇ ਖਿਲਾਫ ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਕ ਅਰਾਜਕਤਾ ਜੇ ਵਾਲਾ ਮਾਹੌਲ ਹੈਗਾ ਤੇ ਜਦੋਂ ਤੁਸੀਂ ਬਿਲਕੁਲ ਅਲੜ ਉਮਰ ਦੇ ਵਿੱਚ ਹੈਗੇ ਹੋ ਠੀਕ ਹੈ ਔਰ ਤੁਸੀਂ ਸੈਂਸਿਟਿਵ ਵੀ ਹੋ ਬਿਲਕੁਲ ਪਾਸ਼ਵੀ ਸੈਂਸਿਟਿਵ ਸੀਗੇ ਤਾਂ ਪਾਸ਼ ਨੂੰ ਇਦਾਂ ਲੱਗਣਾ ਸਟਾਰਟ ਹੋ ਗਿਆ ਕਿ ਜਿਹੜੇ ਗਰੀਬ ਹੈ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਉਹਨਾਂ ਨੇ ਉਹਨਾਂ ਦੇ ਦੁੱਖ ਨੂੰ ਮਹਿਸੂਸ ਕਰਨਾ ਸ਼ੁਰੂ ਕਰਤਾ ਤਾਂ ਫਿਰ ਬਿਲਕੁਲ ਜਵਾਨੀ ਦੇ ਟਾਈਮ ਦੇ ਵਿੱਚ ਹੀ ਅਨਦਰ ਜਿਹੜਾ ਨੇਚਰ ਹੈ ਉਹ ਨਕਸਲਵਾਦੀਆਂ ਦੇ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਔਰ ਇਹਨਾਂ ਨੇ ਵਿਦਰੋਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਓਕੇ ਜਦੋਂ ਤੁਸੀਂ ਦੇਖੋਗੇ ਇਹਨਾਂ ਨੇ ਪਹਿਲੀ ਕਵਿਤਾ ਬੜੀ ਛੋਟੀ ਉਮਰੇ ਲਿਖੀ ਹੈ ਮੈਂ ਤੁਹਾਨੂੰ ਅੱਗੇ ਤਾਂ ਪਿੱਤ ਪਾਇਆ ਹੀ ਹੋਇਆ ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੈ ਤਾਂ ਤੁਸੀਂ ਮੈਨੂੰ ਦੱਸੋਗੇ ਕਿ ਕਿੰਨੇ ਸਾਲ ਦੀ ਉਮਰ ਦੇ ਵਿੱਚ ਪਾਸ਼ ਨੇ ਆਪਣੀ ਪਹਿਲੀ ਕਵਿਤਾ ਲਿਖੀ ਸੀ ਠੀਕ ਹੈ ਓਕੇ ਤਾਂ ਹੁਣ ਜਦੋਂ ਅਸੀਂ ਅੱਗੇ ਵੀ ਇਹਨਾਂ ਦੀਆਂ ਕਵਿਤਾਵਾਂ ਪੜਾਂਗੇ ਸਾਨੂੰ ਇਹ ਵਾਲਾ ਵਿਦਰੋਹ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਠੀਕ ਹੈ ਔਰ ਹਰੀਤ ਕ੍ਰਾਂਤੀ ਵੀ ਐਸੀ ਟਾਈਮ ਦੇ ਵਿੱਚ ਹੀ ਆ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਅਕਾਲ ਦੀ ਸਮੱਸਿਆ ਨੂੰ ਖਤਮ ਕਰਨ ਦੇ ਵਾਸਤੇ ਜੋ ਹੈ ਯਤਨ ਕੀਤੇ ਜਾ ਰਹੇ ਨੇ ਠੀਕ ਹੈ ਯਾਨੀ ਕਿ ਕਾਫੀ ਸਾਰੇ ਚੇਂਜ ਵਾਲੇ ਮਾਹੌਲ ਦੇ ਵਿੱਚ ਪੈਦਾ ਹੋਏ ਆ ਪਾਸ਼ ਤੇ ਜਦੋਂ ਅਸੀਂ ਇਹਨਾਂ ਦੀ ਆਉਣ ਵਾਲੇ ਟਾਈਮ ਵਿੱਚ ਕਵਿਤਾਵਾਂ ਪੜ੍ਹਨੀ ਹੈ ਉਦੋਂ ਤਾਂ ਸਾਨੂੰ ਫਿਰ ਪਤਾ ਚੱਲੇਗਾ ਕਿ ਯੈਸ ਇਹਨਾਂ ਨੂੰ ਇਹ ਨਕਸਲਵਾਦ ਨੇ ਕਿੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਪਹਿਲਾਂ ਅਸੀਂ ਇਹਨਾਂ ਦੀ ਮੋਡਲੀ ਸਿੱਖਿਆ ਦੇਖ ਲੈਣੇ ਆ ਇਨਾਂ ਦੀ ਉਮਰ ਸੀਗੀ 6 ਸਾਲ ਦੀ ਜਦੋਂ ਇਹਨਾਂ ਨੂੰ ਪੜੋਸੀ ਪਿੰਡ ਖੀਵੇ ਦੇ ਵਿੱਚ ਭੇਜ ਦਿੱਤਾ ਪੜਨ ਵਾਸਤੇ ਓਕੇ ਮੁੱਢਲੀ ਸਿੱਖਿਆ ਇਹਨਾਂ ਨੇ ਇੱਥੋਂ ਹੀ ਲਈ 8ਵੀਂ ਤੱਕ ਦੀ ਪੜ੍ਹਾਈ ਇਹਨਾਂ ਨੇ ਕਰ ਲਈ 1964 ਦੇ ਵਿੱਚ ਇਹਨਾਂ ਨੇ 8ਵੀਂ ਪਾਸ ਕੀਤੀ ਸੀਗੀ ਪਰ ਇਹਨਾਂ ਨੇ 9ਵੀਂ ਦੇ ਵਿੱਚ ਦਾਖਲਾ ਹੀ ਨਹੀਂ ਲਿਆ ਮੈਂ ਹੁਣੇ ਦੱਸਿਆ ਕਿ ਇਹ ਬੜੇ ਹੀ ਖੁੱਲੇ ਵਿਚਾਰਾਂ ਵਾਲੇ ਪਰਸਨ ਨੇ ਆਜ਼ਾਦ ਖਿਆਲਾਂ ਵਾਲੇ ਆਪਣੀ ਹੀ ਧੁੰਦ ਦੇ ਵਿੱਚ ਰਹਿਣ ਵਾਲੇ ਤਾਂ ਇਹਨਾਂ ਨੇ ਸੋਚਿਆ ਨਹੀਂ ਮੈਂ 9ਵੀਂ ਨਹੀਂ ਪੜ੍ਹਨੀ ਮੈਂ ਤਕਨੀਕੀ ਕਾਲਜ ਵਿੱਚ ਦਾਖਲਾ ਲੈਣਾ ਉਸ ਟਾਈਮ ਕਪੂਰਥਲੇ ਦੇ ਵਿੱਚ ਇੱਕ ਤਕਨੀਕੀ ਕਾਲਜ ਖੁੱਲਿਆ ਇਹਨਾਂ ਨੇ ਉੱਥੇ ਦਾਖਲਾ ਲੈ ਲਿਆ ਠੀਕ ਹੈ ਕਿਉਂਕਿ ਇਹਨਾਂ ਨੂੰ ਐਦਾਂ ਲੱਗਣ ਲੱਗ ਗਿਆ ਇਹਨਾਂ ਦੇ ਮਾਪਿਓ ਨੂੰ ਕਿ ਸ਼ਾਇਦ ਇਹ ਤਕਨੀਕੀ ਸਿੱਖਿਆ ਐਸ ਲਈ ਲੈਂਦੇ ਪਿਆ ਕਿ ਇਹ ਆਪਣੇ ਜੋਬ ਦੇ ਲਈ ਬੜੇ ਸੀਰੀਅਸ ਨਹੀਂ ਠੀਕ ਹੈ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰਨਾ ਇਹ ਤਾਂ ਚੰਗੀ ਗੱਲ ਹੈ ਹਰ ਇੱਕ ਪੇਰੈਂਟਸ ਨੂੰ ਐਦਾਂ ਹੀ ਲੱਗਦਾ ਪਰ ਐਦਾਂ ਦਾ ਕੁਝ ਹੋਇਆ ਨਹੀਂ ਇਹਨਾਂ ਦਾ ਇੰਟਰਸਟ ਨਹੀਂ ਬਣਿਆ ਇਸ ਡਿਪਲੋਮੇ ਵਿੱਚ ਔਰ ਇਹਨਾਂ ਨੇ ਵਿੱਚ ਹੀ ਇਹ ਡਿਪਲੋਮਾ ਛੱਡ ਵੀ ਦਿੱਤਾ ਠੀਕ ਹੈ ਪਰ ਡਿਪਲੋਮੇ ਨੂੰ ਛੱਡਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਧੀਰੇ ਧੀਰੇ ਕਰਕੇ ਇਹ ਖੱਬੇ ਪੱਖੀ ਜਿਹੜੇ ਰਾਜਨੀਤਿਕ ਆਗੂ ਐ ਉਹਨਾਂ ਦੇ ਸੰਪਰਕ ਦੇ ਵਿੱਚ ਆਨਾ ਸਟਾਰਟ ਹੋ ਗਏ ਠੀਕ ਹੈ ਔਰ ਉਸ ਤੋਂ ਬਾਅਦ ਹੀ ਜਿਹੜੀ ਇਹਨਾਂ ਦੀ ਜ਼ਿੰਦਗੀ ਸੀ ਪੂਰੀ ਤਰ੍ਹਾਂ ਬਦਲਨੀ ਸ਼ੁਰੂ ਹੋਈ ਐ ਦੇਖੋ ਜਦੋਂ ਤੁਸੀਂ ਜਵਾਨੀ ਦੇ ਉਮਰ ਦੇ ਵਿੱਚ ਹੁੰਦੇ ਹੋ ਨਾ ਖਾਸ ਕਰਕੇ ਜਦੋਂ ਤੁਹਾਡੀ ਟੀਨ ਏਜ ਹੁੰਦੀ ਐ ਉਸ ਟਾਈਮ ਦੇ ਵਿੱਚ ਹਰ ਇੱਕ ਚੀਜ਼ ਤੁਹਾਡੇ ਤੇ ਬੜੀ ਜਲਦੀ ਅਸਰ ਪਾਣ ਲੱਗ ਜਾਂਦੀ ਐ ਹੈਨਾ ਬਿਲਕੁਲ ਇਹੀ ਸਭ ਕੁਝ ਪਾਸ ਦੇ ਨਾਲ ਹੋ ਰਿਹਾ ਐ ਉਨਾਂ ਦੇ ਆਲੇ ਦੁਆਲੇ ਦਾ ਜਿਹੜਾ ਵਾਤਾਵਰਨ ਹੈ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਾ ਰਿਹਾ ਸੀਗਾ ਓਕੇ ਠੀਕ ਹੈ ਤਾਂ ਹੁਣ ਖੱਬੇ ਪੱਧਕੀ ਜਿਹੜੇ ਰਾਜਨੀਤਿਕ ਆਗੂ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਨਾ ਸਟਾਰਟ ਹੋ ਗਏ ਔਰ ਇਹਨਾਂ ਨੇ ਫਿਰ ਵਿਦਰੋਹੀ ਕਵਿਤਾਵਾਂ ਨੂੰ ਲਿਖਣਾ ਸ਼ੁਰੂ ਕਰਤਾ ਓਕੇ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਲੱਗਿਆ ਕਿ ਮੈਨੂੰ ਪੜ੍ਹਾਈ ਜ਼ਰੂਰ ਕਰਨੀ ਚਾਹੀਦੀ ਹੈ ਪੜ੍ਹਾਈ ਤੋਂ ਬਿਨਾ ਜ਼ਿੰਦਗੀ ਨਹੀਂ ਤਾਂ ਇਹਨਾਂ ਨੇ 1976 ਦੇ ਵਿੱਚ ਦੁਬਾਰਾ ਤੋਂ ਪੜ੍ਹਾਈ ਸ਼ੁਰੂ ਕਰ ਦਿੱਤੀ ਠੀਕ ਹੈ ਇਹਨਾਂ ਨੇ 10ਵੀਂ ਵੀ ਕੀਤੀ ਔਰ ਗਿਆਨੀ ਵੀ ਪਾਸ ਕੀਤੀ ਫਿਰ ਬੀਏ ਵੀ ਕੀਤੀ ਇਹਨਾਂ ਨੇ ਈਵਨਿੰਗ ਕਾਲਜ ਦੇ ਵਿੱਚੋਂ ਜਲੰਧਰ ਤੋਂ ਠੀਕ ਹੈ ਜਬੀਟੀ ਵੀ ਕੀਤੀ ਹੈ ਜਿਹੜੀ ਕਿ ਅੱਜ ਕੱਲ ਵੀ ਅਸੀਂ ਕਰਦੇ ਹਾਂ ਤਾਂ ਕਿ ਸਾਨੂੰ ਪੜ੍ਹਾਈ ਦੇ ਵਿੱਚ ਜੋ ਹੈ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਜੋਬ ਮਿਲੇ ਈਟੀਟੀ ਬੋਲਦੇ ਆ ਉਸ ਨੂੰ 1978 ਵਿੱਚ ਇਹਨਾਂ ਨੇ ਕੀਤੀ ਠੀਕ ਹੈ ਜਦੋਂ ਇਹਨਾਂ ਨੇ ਜਬੀਟੀ ਸ਼ੁਰੂ ਕੀਤੀ ਸੀ ਉਦੋਂ ਇਹਨਾਂ ਨੇ ਜਲੰਧਰ ਦੇ ਵਿੱਚ ਦਾਖਲਾ ਲਿਆ ਸੀ ਪਰ ਇਹਨਾਂ ਨੇ ਪਾਸ ਕੀਤੀ ਹੈ ਸ਼ੇਖੂਪੂਰੇ ਵਿੱਚ ਜਾ ਕੇ ਠੀਕ ਹੈ ਜਦੋਂ ਤੁਸੀਂ ਇਹਨਾਂ ਦੀ ਕਵਿਤਾਵਾਂ ਦੇਖੋਗੇ ਉਹਨਾਂ ਦੇ ਵਿੱਚ ਇੱਕ ਲੜਕੀ ਦਾ ਜ਼ਿਕਰ ਮਿਲਦਾ ਹੈ ਜਿੰਨਾ ਬਾਰੇ ਇਹ ਕਹਿੰਦੇ ਆ ਕਿ ਇਹ ਔਰ ਉਹਨਾਂ ਦਾ ਪਿਆਰ ਸੀਗਾ ਠੀਕ ਹੈ ਪਰ ਕੀ ਇਹਨਾਂ ਦਾ ਵਿਆਹ ਉਸ ਲੜਕੀ ਨਾਲ ਹੋਇਆ ਨਹੀਂ ਹੋਇਆ 1978 ਦੇ ਵਿੱਚ ਇਹਨਾਂ ਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਬਿਲਕੁਲ ਅਰੇਂਜ ਮੈਰਿਸ ਕਰਵਾਈ ਰਾਜਵਿੰਦਰ ਕੋਰ ਸੰਧੂ ਨਾਮ ਦੀ ਲੜਕੀ ਨਾਲ ਓਕੇ ਔਰ ਇਹਨਾਂ ਦੇ ਘਰ ਇੱਕ ਧੀ ਹੋਈ ਜਿਸ ਦਾ ਨਾਮ ਸੀਗਾ ਵਿੰਕਲ 올 ਰਾਈਟ ਓਕੇ ਤਾਂ ਜਿਹੜਾ ਪ੍ਰਸ਼ਨ ਮੈਂ ਤੁਹਾਡੇ ਕੋਲੋਂ ਪਿੱਛੇ ਪੁੱਛਿਆ ਸੀਗਾ ਕਿ ਇਹਨਾਂ ਨੇ ਆਪਣੀ ਪਹਿਲੀ ਕਵਿਤਾ ਕਿੰਨੇ ਸਾਲ ਦੀ ਉਮਰ ਦੇ ਵਿੱਚ ਲਿਖੀ ਸੀਗੀ ਸਿਰਫ ਸਰੋਪ 15 ਸਾਲ ਦੀ ਉਮਰ ਸੀ ਜਦੋਂ ਇਹਨਾਂ ਨੇ ਆਪਣੀ ਪਹਿਲੀ ਕਵਿਤਾ ਲਿਖੀ ਹੈ ਓਕੇ ਤਾਂ ਹੁਣ ਤੁਸੀਂ ਸਮਝੋ ਅਗਰ 15 ਸਾਲ ਦੇ ਵਿੱਚ ਹੀ ਇੱਕ ਬੱਚਾ ਇੰਨੀ ਅੱਛੀ ਕਵਿਤਾਵਾਂ ਲਿਖਣਾ ਸ਼ੁਰੂ ਹੋ ਗਿਆ ਤਾਂ ਅੱਗੇ ਜਾ ਕੇ ਤਾਂ ਉਹਦਾ ਡੈਫੀਨਿਟਲੀ ਪੰਜਾਬੀ ਸਾਹਿਤ ਵਿੱਚ ਨਾਮ ਹੋਣਾ ਹੀ ਸੀ ਹੈਨਾ ਔਰ ਬਿਲਕੁਲ ਹੋਇਆ ਵੀ ਚਲੋ ਫਿਲਹਾਲ ਇਹਨਾਂ ਨੇ ਕਵਿਤਾ ਲਿਖਣ ਨੂੰ ਆਪਦਾ ਕਿਤਾ ਨਹੀਂ ਬਣਾਇਆ ਠੀਕ ਹੈ ਇਹਨਾਂ ਨੇ ਕੀਤਾ ਫਿਰ ਕਿਹੜਾ ਚੂਜ਼ ਕੀਤਾ 1967 ਦੇ ਵਿੱਚ ਇਹਨਾਂ ਨੇ ਸੌਰੀ BSF ਯਾਨੀ ਕਿ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ ਭਰਤੀ ਲੈ ਲਈ ਓਕੇ ਜੌਬ ਕਿੰਨੀ ਦਿਨ ਕੀਤੀ ਸਿਰਫ 3 ਮਹੀਨੇ ਬਾਸ 3 ਮਹੀਨੇ ਬਾਅਦ ਇਹਨਾਂ ਨੇ ਜੌਬ ਛੱਡ ਦਿੱਤੀ ਓਕੇ ਸਾਡੇ ਕਵੀ ਵੈਸੇ ਵੀ ਕਦੀ ਇੱਕ ਜੌਬ ਦੇ ਉੱਪਰ ਟਿਕੇ ਵੀ ਨਹੀਂ ਜੌਬਸ ਇਹਨਾਂ ਨੂੰ ਬੜੀਆਂ achchiyan achchiyan ਮਿਲੀਆਂ ਸੇਮ ਉਹੀ ਪਾਸ ਦੇ ਨਾਲ ਹੋਇਆ ਫਿਰ ਜਦੋਂ ਨਾ ਇੱਕ ਇੱਥੇ ਮੈਂ ਹੁਣ ਤੁਹਾਨੂੰ ਦੱਸਣ ਲੱਗੀਆਂ ਉਹ ਵਾਲਾ ਕਿੱਸਾ ਕਿ ਇਹਨਾਂ ਨੇ ਪਾਸ ਉਪਨਾਮ ਕਦੋਂ ਵਰਤਿਆ ਇਹਨਾਂ ਨਵੀਂ ਕਲਾਸ ਦੇ ਵਿੱਚ ਸੀਗੇ ਉਦੋਂ ਇਹ ਜਲੰਧਰ ਛੋਣੀ ਦੇ ਵਿੱਚ ਜੈਨ ਹਾਈ ਸਕੂਲ ਚ ਦਾਖਲ ਹੋਏ ਸੀ ਪਹਿਲਾਂ ਇਹਨਾਂ ਨੇ ਨਵੀਂ ਨਹੀਂ ਕੀਤੀ ਨਾ ਬਾਅਦ ਵਿੱਚ ਨੋਮੀ ਚ ਦਾਖਲਾ ਲਿਆ ਠੀਕ ਹੈ ਤਾਂ ਉਸ ਟਾਈਮ ਦੇ ਉੱਪਰ ਇਹਨਾਂ ਦੇ ਇੱਕ ਟੀਚਰ ਹੁੰਦੇ ਸੀ ਉਹਨਾਂ ਦਾ ਨਾਮ ਸੀਗਾ ਪਰਵੇਸ਼ ਤੁਸੀਂ ਕਦੀ ਆਪਣੇ ਬਚਪਨ ਦੇ ਵਿੱਚ ਜਾ ਕੇ ਦੇਖਿਓ ਕਦੀ ਤੁਹਾਨੂੰ ਯਾਦ ਆਇਆ ਹੋਵੇਗਾ ਕੋਈ ਨਾ ਕੋਈ ਇਹੋ ਜਿਹਾ ਟੀਚਰ ਤੁਹਾਡਾ ਕ੍ਰਸ਼ ਬੰਨਿਆ ਹੋਵੇਗਾ ਠੀਕ ਹੈ ਔਰ ਟੀਚਰ ਦੇ ਵਾਲਾ ਕ੍ਰਸ਼ ਹਮੇਸ਼ਾ ਆਦਰਸ਼ਕ ਕ੍ਰਸ਼ ਹੁੰਦਾ ਹੈ ਕਿ ਸਾਨੂੰ ਟੀਚਰ ਬਹੁਤ ਅੱਛਾ ਲੱਗਦਾ ਹੈ ਕਈ ਵਾਰੀ ਅਸੀਂ ਉਹਨਾਂ ਨੂੰ ਦੇਖਿਆ ਵੀ ਨਾ ਹੋਵੇ ਸ਼ਾਇਦ ਰਾਈਟ ਬਟ ਸਾਨੂੰ ਮਜ਼ਾ ਆਉਂਦਾ ਉਹਨਾਂ ਦੇ ਕੋਲੋਂ ਪੜ ਕੇ ਉਹ ਨਹੀਂ ਆਂਦੇ ਸਾਡਾ ਸਕੂਲ ਚ ਦਿਲ ਨਹੀਂ ਲੱਗਦਾ ਸੇਮ ਉਹੀ ਚੀਜ਼ ਪਰਵੇਸ਼ ਅਧਿਆਪਿਕਾ ਦੇ ਨਾਲ ਹੋਈ ਸੀਗੀ ਪਾਸ਼ ਨੂੰ ਲੈ ਕੇ ਠੀਕ ਹੈ ਪਾਸ਼ ਦਾ ਬਿਲਕੁਲ ਆਦਰਸ਼ਕ ਮੋਹ ਪੈਦਾ ਹੋ ਗਿਆ ਪਰਵੇਸ਼ ਦੇ ਨਾਲ ਓਕੇ ਤੇ ਫਿਰ ਇਹਨਾਂ ਨੂੰ ਇਹ ਐਨੇ ਚੰਗੇ ਲੱਗੇ ਕਿ ਇਹਨਾਂ ਨੇ ਇਹਨਾਂ ਦਾ ਪਹਿਲਾ ਅੱਖਰ ਯਾਨੀ ਕਿ ਪਪਾ ਔਰ ਇਹਨਾਂ ਦੇ ਨਾਮ ਦਾ ਆਖਰੀ ਅੱਖਰ ਯਾਨੀ ਕਿ ਸ਼ਸ਼ਾ ਇਹਨਾਂ ਦੋਨਾਂ ਨੂੰ ਲੈ ਕੇ ਔਰ ਆਪਣਾ ਉਪਨਾਮ ਰੱਖ ਲਿਆ ਪਾਸ਼ ਔਰ ਫਿਰ ਧੀਰੇ ਧੀਰੇ ਕਰਕੇ ਅਨਾਂ ਦੇ ਨਾਮ ਦੇ ਨਾਲ ਕੱਲਾ ਪਾਸ਼ ਜੁੜ ਗਿਆ ਅੱਜ ਵੀ ਤੁਸੀਂ ਗੂਗਲ ਨੂੰ ਸਰਚ ਕਰੋ ਤਾਂ ਕੱਲੇ ਪਾਸ਼ ਦੇ ਵਿੱਚ ਤੁਹਾਨੂੰ ਕਿੰਨੀ ਹੀ ਜਾਣਕਾਰੀ ਮਿਲ ਜਾਏਗੀ ਰਾਈਟ ਤਾਂ ਇਹ ਸੀਗੀ ਅਨਾਂ ਦੀ ਕਹਾਣੀ ਪਾਸ਼ ਉਪਨਾਮ ਯੂਜ਼ ਕਰਨ ਦੀ ਐਸੇ ਬਾਰੇ ਡਾਕਟਰ ਤੇਜਵੰਤ ਸਿੰਘ ਗਿੱਲ ਨੇ ਕੀ ਲਿਖਿਆ ਹੈ ਸ਼ੋਖੋ ਲੋਭ ਦੇ ਉਪਨਿਆਸ ਤੇ ਦਾਨ ਵਹਿੰਦਾ ਰਹਾ ਦੇ ਨਾਇਕ ਪਾਸ਼ਾ ਨਾਲ ਲੋੜੇ ਦੇ ਲगाव ਅਨੁਭਵ ਕਰਕੇ ਉਸਨੇ ਆਪਣਾ ਨਾਮ ਅਵਤਾਰ ਸਿੰਘ ਸੰਧੂ ਤਾਂ ਬਿਲਕੁਲ ਅਲੋਪ ਹੀ ਕਰ ਲਿਆ ओके ਤਾਂ ਇਹ ਤੁਸੀਂ ਯਾਦ ਰੱਖਣਾ ਕਿ ਇਹ ਕੋਟ ਕਿੰਨਾ ਨੇ ਬੋਲੀ ਐ ਪਾਸ ਦੇ ਨਾਮ ਦੇ ਗੁੰਮ ਹੋਣ ਵਾਲੇ ਇਹ ਬੋਲੀ ਐ ਤੇਜਵੰਤ ਸਿੰਘ ਨੇ ਠੀਕ ਹੈ ਇਹ ਕੋਟ ਇੰਪੋਰਟੈਂਟ ਰਹੇਗੀ ਯਾਦ ਰੱਖਣਾ اچھا ਹੁਣ ਅਸੀਂ ਜਦੋਂ ਤੋਂ ਪਾਸ-ਪਾਸ ਪੜ ਰਿਆ ਉਦੋਂ ਤੋਂ ਮੈਂ ਦੱਸ ਰਹੀ ਆ ਕਿ ਇਹ ਬੜੇ ਵਿਦਰੋਹੀ ਕਿਸਮ ਦੇ ਇਨਸਾਨ ਐ ਇਹਨਾਂ ਦੇ ਦਿਮਾਗ ਦੇ ਵਿੱਚ ਵਿਦਰੋਹ ਹੈਗਾ ਪ੍ਰਸ਼ਾਸਨ ਨੂੰ ਲੈ ਕੇ ਰਾਜਨੀਤਿਕ ਵਿਵਸਥਾ ਨੂੰ ਲੈ ਕੇ ਲੋਕਾਂ ਦੀ ਗਰੀਬੀ ਨੂੰ ਲੈ ਕੇ ਰਾਈਟ ਕਿਉਂ ਕਿਉਂਕਿ ਇਹਨਾਂ ਦੇ ਉੱਪਰ ਮਾਰਕਸਵਾਦੀ ਵਿਚਾਰਧਾਰਾ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਠੀਕ ਹੈ ਸਿਰਫ 18 ਸਾਲ ਦੀ ਉਮਰ ਸੀ ਜਦੋਂ ਇਹ ਨਕਸਲਵਾਦੀ ਲਹਿਰ ਦੇ ਨਾਲ ਜੁੜ ਗਏ ਆਫੀਸ਼ੀਅਲ ਤੌਰ ਦੇ ਉੱਪਰ ਓਕੇ ਤੇ ਉਸ ਟਾਈਮ ਦੇ ਉੱਪਰ ਚੀਨ ਦੇ ਵਿੱਚ ਔਰ ਰੂਸ ਦੇ ਵਿੱਚ ਇੱਥੇ ਚੱਲ ਰਹੀਆਂ ਸੀ ਸਮਾਜਵਾਦੀ ਇਨਕਲਾਬ ਦੀਆਂ ਲਹਿਰਾਂ ਠੀਕ ਹੈ ਤੇ ਜਦੋਂ ਕਦੀ ਵੀ ਇੰਟਰਨੈਸ਼ਨਲ ਲੈਵਲ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਕੋਈ ਲਹਿਰ ਚੱਲਦੀ ਹੈ ਉਸ ਦਾ ਅਸਰ ਡੈਫੀਨਿਟਲੀ ਬਾਕੀ ਦੁਨੀਆ ਦੇ ਉੱਪਰ ਦੇਖਣ ਨੂੰ ਮਿਲਦਾ ਹੈ ਇਹ ਅਸੀਂ ਜਦੋਂ ਹਿਸਟਰੀ ਪੜ੍ਹਦੇ ਹਾਂ ਸਾਨੂੰ ਪਤਾ ਚੱਲਦਾ ਹੈ ਇਹ ਇਸ ਟਾਈਮ ਦੇ ਉੱਪਰ ਹੋ ਰਿਹਾ ਸੀਗਾ ਚੀਨ ਉਹ ਰੂਸ ਦੇ ਵਿੱਚ ਜਿਹੜੀਆਂ ਇਹ ਸਮਾਜਵਾਦੀ ਲਹਿਰਾਂ ਚਲਦੀਆਂ ਪਈਆਂ ਉਹ ਪੂਰੀ ਦੁਨੀਆ ਨੂੰ ਵੀ ਪ੍ਰੇਰਿਤ ਕਰ ਰਹੀਆਂ ਸੀ ਠੀਕ ਹੈ ਤੇ ਪਾਸ਼ ਦੇ ਉੱਪਰ ਵੀ ਐਸੀ ਹੀ ਵਿਚਾਰਧਾਰਾ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਐਸੇ ਕਰਕੇ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਮਾਰਕਸਵਾਦੀ ਵਿਚਾਰਧਾਰਾ ਬੜੀ ਜ਼ਿਆਦਾ ਮਿਲਦੀ ਹੈ ਤਾਂ ਪ੍ਰਸ਼ਨ ਪੁੱਛਿਆ ਜਾਏਗਾ ਕਿ ਕਿਹੜੀ ਵਿਚਾਰਧਾਰਾ ਹੈ ਜੋ ਸਾਨੂੰ ਪਾਸ਼ ਦੀਆਂ ਰਚਨਾਵਾਂ ਵਿੱਚ ਦੇਖਣ ਨੂੰ ਮਿਲਦੀ ਹੈ ਅਨਸਰ ਹੋਏਗਾ ਮਾਰਕਸਵਾਦੀ ਓਕੇ ਜੀ ਅੱਗੇ ਚੱਲਦੇ ਹੁਣ ਇਹਨਾਂ ਦੇ ਕ੍ਰਾਂਤੀਕਾਰੀ ਵਿਚਾਰਤਾ ਹੋਗੇ ਪਹਿਲੀ ਕਿਤਾਬ ਕਦੋਂ ਛਪੀ ਇਹਨਾਂ ਦੀ ਇਹ ਉਹ ਵਾਲੀ ਕਵਿਤਾ ਨਹੀਂ ਹੈ ਜੋ ਇਹਨਾਂ ਨੇ 15 ਸਾਲ ਦੀ ਉਮਰ ਦੇ ਵਿੱਚ ਲਿਖੀ ਸੀ ਇਹ ਇਹਨਾਂ ਦੇ ਪੂਰੇ ਕਾਵ ਸੰਗ੍ਰਹਿਨ ਦੀ ਗੱਲ ਹੋ ਰਹੀ ਹੈ ਜੋ ਕਿ ਛਪਿਆ ਠੀਕ ਹੈ 1970 ਦੇ ਵਿੱਚ ਇਹਨਾਂ ਦੀ ਪਹਿਲੀ ਕਿਤਾਬ ਆਈ ਨਾਮ ਸੀਗਾ ਲੋਕ ਕਥਾ ਓਕੇ ਔਰ ਸਿਰਫ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਇਹ ਛਪਵਾਈ ਸੀਗੀ ਓਕੇ ਇਹਦੇ ਵਿੱਚ ਇਹਨਾਂ ਨੇ ਕੀ ਦਿਖਾਇਆ ਪਹਿਲੀ ਹੀ ਕਿਤਾਬ ਦੇ ਵਿੱਚ ਪਹਿਲੇ ਹੀ ਕਾਫ ਸੰਗ੍ਰਹਿ ਦੇ ਵਿੱਚ ਇਹਨਾਂ ਨੇ ਆਪਣੇ ਕ੍ਰਾਂਤੀਕਾਰੀ ਵਿਚਾਰ ਪੇਸ਼ ਕਰਤੇ ਓਕੇ ਇਹਨਾਂ ਦਾ ਲੈਜ਼ਾ ਬਹੁਤ ਜ਼ਿਆਦਾ ਖਾੜਕੂ ਔਰ ਪੜਕਾਉ ਦੇਖਣ ਨੂੰ ਮਿਲਦਾ ਆ ਓਕੇ ਔਰ ਸਮ ਟਾਈਮ ਐਦਾਂ ਵੀ ਹੋਏਗਾ ਅੱਗੋ ਜਾ ਕੇ ਜਦੋਂ ਨਾ ਪਾਸ਼ ਨੂੰ ਇਹਨਾਂ ਦੇ ਵਿਚਾਰਾਂ ਕਰਕੇ ਇਹਨਾਂ ਦੀਆਂ ਕਵਿਤਾਵਾਂ ਦੇ ਰਚਨਾਵਾਂ ਦੇ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਪਾਇਆ ਗਿਆ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਆਂ 1972 ਤੋਂ ਲੈ ਕੇ 75 ਇਹ ਤੁਸੀ ਸਾਲ ਯਾਦ ਰੱਖਨੇ ਆ ਇੰਪੋਰਟੈਂਟ ਰਹਿਣਗੇ ਓਕੇ 1972 ਤੋਂ 75 ਤੱਕ ਕਪਾਸ਼ ਰਾਜਨੀਤਿਕ ਔਰ ਸਾਹਿਤਿਕ ਸਰਗਰਮੀਆਂ ਦੇ ਨਾਲ ਕਾਫੀ ਜ਼ਿਆਦਾ ਜੁੜੇ ਰਹੇ ਠੀਕ ਹੈ ਤੇ ਜਦੋਂ ਇਹ ਇੰਨਾ ਸਰਗਰਮੀਆਂ ਦੇ ਨਾਲ ਜੁੜੇ ਹੋਏ ਸੀ ਉਦੋਂ ਹੀ 1972 ਦੇ ਵਿੱਚ ਹੀ ਇਹਨਾਂ ਨੇ ਸਿਆੜ ਨਾਮ ਦਾ ਪਰਚਾ ਚਲਾਇਆ ਤਿੰਨ ਪਰਚੇ ਇਹਨਾਂ ਦੇ ਨਾਮ ਦੇ ਨਾਲ ਜੋੜੇ ਜਾਂਦੇ ਆ ਤਿੰਨੋਂ ਹੀ ਹੱਦ ਤੋਂ ਜ਼ਿਆਦਾ ਇੰਪੋਰਟੈਂਟ ਠੀਕ ਹੈ ਪਹਿਲਾ ਪਰਚਾ 1972 ਸਿਆੜ ਨਾਮ ਦਾ ਓਕੇ ਪਰ ਇਹ ਸਿਰਫ ਇੱਕ ਹੀ ਸਾਲ ਚੱਲਿਆ 73 ਦੇ ਵਿੱਚ ਇਹ ਪਰਚਾ ਬੰਦ ਵੀ ਹੋ ਗਿਆ ਰਾਈਟ ਉਸ ਤੋਂ ਬਾਅਦ 73 ਦੇ ਵਿੱਚ ਹੀ ਇਹਨਾਂ ਨੇ ਇੱਕ ਹੋਰ ਮੰਚ ਹੈ ਜਿੰਦੀ ਸਥਾਪਨਾ ਕੀਤੀ ਇਹ ਸੀਗਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ ਓਕੇ ਦੋ ਚੀਜ਼ਾਂ 73 ਵਿੱਚ ਆ ਗਈਆਂ ਪਹਿਲੀ ਹੈ ਸਿਆੜ ਇਹ ਵੀ ਸੱਸੀ ਤੇ ਹੈ ਦੂਸਰਾ ਸਾਹਿਤ ਅਤੇ ਸੱਭਿਆਚਾਰ ਮੰਚ ਠੀਕ ਹੈ ਇਹ ਵੀ ਸੱਸੀ ਤੇ ਹੈ ਇਹਦਾ ਰਿਲੇਟ ਕਰ ਲੈਣਾ ਦੋਨੋਂ ਹੀ 73 ਦੇ ਵਿੱਚ ਆਈਆਂ ਓਕੇ ਫਿਰ ਇਹਨਾਂ ਨੇ 1974 ਦੇ ਵਿੱਚ ਆਪਣੀ ਦੂਸਰੀ ਪੁਸਤਕ ਵੀ ਛਪਵਾ ਲਈ ਨਾਮ ਸੀਗਾ ਉੜਦੇ ਬਾਜਾਂ ਮਗਰ ਓਕੇ ਇਹ ਵਾਲੀ ਕਦੋਂ ਆ ਰਹੀ ਹੈ 1974 ਵਿੱਚ ਤੇ 1974 ਦੇ ਵਿੱਚ ਹੀ ਇੱਕ ਘਟਨਾ ਹੁੰਦੀ ਹੈ ਇੱਕ ਨਾ ਰੇਲਵੇ ਦੀ ਹੜਤਾਲ ਚੱਲ ਰਹੀ ਸੀ ਉਹਦੇ ਵਿੱਚ ਪਾਸ ਵਿਭਾਗ ਲੈਰੇ ਸੀਗੇ ਤੇ ਐਸੇ ਕਰਕੇ ਹੀ ਇਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਸੀ ਓਕੇ ਤੇ ਜਦੋਂ ਫਿਰ ਉੱਥੇ ਰਿਹਾ ਹੋ ਕੇ ਆਏ ਤਾਂ ਫਿਰ ਇਹ ਹੇਮ ਜ્યોਤੀ ਨਾਮ ਦਾ ਇੱਕ ਪਰਚਾ ਹੈਗਾ ਆ ਜਿਸ ਦੀ ਇਹ ਸੰਪਾਦਕੀ ਕਰਨ ਲੱਗੇ ओके ਕੁਝ ਸਮੇਂ ਲਈ ਇਹਨਾਂ ਨੇ ਲੰਡਨ ਦਾ ਵੀ ਇੱਕ ਪੱਤਰ ਹੈ ਦੇਸ਼ ਪਰਦੇਸ਼ ਓਕੇ ਇਹਦੇ ਵਿੱਚ ਵੀ ਕੰਮ ਕੀਤਾ ਔਰ ਇਹਦੇ ਵਿੱਚ ਪੱਤਰ ਪ੍ਰੇਰਕ ਦਾ ਕੰਮ ਕਰਦੇ ਰਹੇ ਨੇ ਤਾਂ ਹੁਣ ਤੁਸੀਂ ਸਮਝ ਪਾ ਰਹੇ ਹੋ ਨਾ ਕਿ ਇਹ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਤਾ ਰੱਖਦੀ ਹੈ ਬਟ ਇਸ ਦੇ ਨਾਲ ਨਾਲ ਆਪਣੇ ਪਰਚੇ ਵੀ ਚਲਾ ਰਿਹਾ ਹੈ ਔਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਕਾਫੀ ਸਾਰੇ ਇਹ ਕੰਮ ਕਰਦੇ ਪਏ ਨੇ ਠੀਕ ਹੈ ਇਹ ਸਾਰਾ ਕੁਝ ਹੋ ਗਿਆ ਫਿਰ ਇਹਨਾਂ ਨੇ ਆਪਣਾ ਇੱਕ ਹੱਥ ਲਿਖਤ ਪਰਚਾ ਵੀ ਕੱਢਿਆ ਉਸ ਪਰਚੇ ਦਾ ਨਾਮ ਫਿਰ ਤੋਂ ਇੰਪੋਰਟੈਂਟ ਹੈ ਹਾਕ 1979 ਦੇ ਵਿੱਚ ਇਹ ਆਇਆ ਸੀ ਔਰ 1979 ਦੇ ਵਿੱਚ ਹੀ ਇਹਨਾਂ ਨੇ ਗੁਰੂ ਨਾਨਕ ਨੈਸ਼ਨਲ ਮਿਡਲ ਸਕੂਲ ਵੀ ਖੋਲਿਆ ਓਕੇ ਹੁਣ ਤੁਸੀਂ ਦੇਖੋ ਹਰ ਸਾਲ ਦੇ ਵਿੱਚ ਇਹਨਾਂ ਦੇ ਦੋ ਦੋ ਕੰਮ ਹੋ ਗਏ ਲਗਾਤਾਰ ਕਰਕੇ ਦੇਖੋ 73 ਦੇ ਵਿੱਚ ਸਿਆੜ ਪਰਚਾ ਆਇਆ ਔਰ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਸਥਾਪਨਾ ਕੀਤਾ ਓਕੇ ਅੱਗੇ ਆ ਗਿਆ ਜੀ 74 74 ਦੇ ਵਿੱਚ ਇਹਨਾਂ ਦੀ ਦੂਸਰੀ ਬੁੱਕ ਆਈ ਠੀਕ ਹੈ ਇਸ ਦੇ ਨਾਲ ਨਾਲ ਹਿਮਜੋਤੀ ਦੀ ਸੰਪਾਦਕੀ ਕੀਤੀ ਫਿਰ ਆ ਗਿਆ 79 79 ਦੇ ਵਿੱਚ ਇਹਨਾਂ ਨੇ ਹਾਕ ਨਾਮ ਦਾ ਪਰਚਾ ਕੱਢਿਆ ਔਰ ਗੁਰੂ ਨਾਨਕ ਨੈਸ਼ਨਲ ਮਿਡਲ ਸਕੂਲ ਵੀ ਖੋਲਿਆ ਤਾਂ ਦੋ ਦੋ ਚੀਜ਼ਾਂ ਤੁਸੀਂ ਇਕੱਠੀਆਂ ਕਰ ਲੈਣੀਆਂ ਵੈਰੀ ਗੁੱਡ ਜਸਪੀ ਜੀ ਬਿਲਕੁਲ ਠੀਕ ਹੈ ਓਕੇ ਹੁਣ ਇਹਨਾਂ ਨੇ ਆਪਣੀ ਇੱਕ ਡਾਇਰੀ ਵੀ ਕੱਢੀ ਸੀਗੀ ਇਹਨਾਂ ਦੀ ਡਾਇਰੀ ਦਾ ਨਾਮ ਕੀ ਹੈ ਆਪਣੇ ਆਪ ਦੇ ਨਾਲ ਗੱਲਾਂ ਅਸੀਂ ਵੈਸੇ ਵੀ ਜਦੋਂ ਡਾਇਰੀ ਲਿਖਦੇ ਹਾਂ ਤੇ ਆਪਣੇ ਦਿਨ ਦੀਆਂ ਗੱਲਾਂ ਲਿਖਦੇ ਹਾਂ ਹਨਾ ਸਾਰਾ ਦਿਨ ਸੀ ਕੀ ਕੀ ਕੀਤਾ ਬਸ ਉਹ ਆਪਣੇ ਆਪ ਨਾਲ ਜਿਹੜੀਆਂ ਗੱਲਾਂ ਕਰਦੇ ਸੀ ਉਹ ਸਾਰੀਆਂ ਹੀ ਪਾਸ਼ ਲਿਖਦੇ ਜਾਂਦੇ ਸੀ ਓਕੇ ਬਟ ਇੱਥੇ ਇੱਕ ਚੀਜ਼ ਬਹੁਤ ਮਹੱਤਵਪੂਰਨ ਪਤਾ ਨਹੀਂ ਮੈਂ ਕਿਸੇ ਪੀਪੀਟੀ ਵਿੱਚ ਪਾਈ ਹੈ ਜਾਂ ਨਹੀਂ ਤੁਸੀਂ ਆਪਣੇ ਹੱਥ ਦੇ ਨਾਲ ਲਿਖ ਲੈਣਾ ਉਹ ਕੀ ਹੈ ਇਹਨਾਂ ਨੇ ਭਾਰਤ ਦੇ ਮੰਨੇ ਪਰਮੰਨੇ ਐਥਲੀਟ ਹੈਗੇ ਮਿਲਖਾ ਸਿੰਘ ਓਕੇ ਇਹਨਾਂ ਦੀ ਸਵੈ ਜੀਵਨੀ ਜਿਸ ਦਾ ਨਾਮ ਹੈ ਫਲਾਈਂਗ ਸਿੱਖ ਇਹ ਵੀ ਇਹਨਾਂ ਨੇ ਲਿਖ ਕੇ ਦਿੱਤੀ ਸੀ ਓਕੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਈ ਥਿੰਕ ਇੱਥੇ ਮਿਸ ਹੋਇਆ ਇਸ ਲਈ ਮੈਂ ਤੁਹਾਨੂੰ ਦੱਸ ਦਿੱਤਾ ओके okay जी हां जी ਅੱਗੇ ਚੱਲਦੇ ਹਾਂ ਹੁਣ 파ਸ਼ ਦੀ ਜ਼ਿੰਦਗੀ ਨਾ ਵਿਦੇਸ਼ਾਂ ਦੇ ਵਿੱਚ ਵੀ ਬੜੀ ਬੀਤੀ ਹੈ ਬੜੇ ਆਰਾਮ ਦੇ ਨਾਲ ਬਾਹਰ ਵਾਲੇ ਮੁਲਕਾਂ ਦੇ ਵਿੱਚ ਇਹ ਘੁੰਮੇ ਨੇ ਬਹੁਤ ਵਾਰ ਠੀਕ ਹੈ ਤੇ ਐਸੀ ਹੀ ਟਾਈਮ ਦੇ ਵਿੱਚ 1986 ਦੇ ਵਿੱਚ ਇੱਕ ਵਾਰੀ ਇਹ ਚਲੇ ਗਏ ਅਮਰੀਕਾ ਓਕੇ ਜਦੋਂ ਅਮਰੀਕਾ ਗਏ ਅਸੀਂ ਕੀ ਦੇਖ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਵਿਚਾਰ ਹੈ ਉਹ ਤਾਂ ਵਿਦਰੋਹੀ ਹੈਗੇ ਹੀ ਆ ਇਹਨਾਂ ਨੇ ਅਮਰੀਕਾ ਵਿੱਚ ਵੀ ਇੱਕ ਪਰਚਾ ਛਾਪਤਾ ਕਿਹੜਾ ਜੀ ਇਸ ਦਾ ਨਾਮ ਹੈ ਐਂਟੀ 47 ਫਰੰਟ ਓਕੇ ਇਹ ਪਰਚਾ ਜਦੋਂ ਇਹਨਾਂ ਨੇ ਕੱਢਿਆ ਇਸਦੇ ਵਿੱਚ ਇਹਨਾਂ ਨੇ ਨਾ ਬਿਲਕੁਲ ਖਾਲਿਸਤਾਨੀਆਂ ਦੇ ਅਗੇਂਸਟ ਬੋਲਿਆ ਸੀ ਐਕਚੁਅਲੀ ਉਸ ਟਾਈਮ ਦੇ ਉੱਪਰ ਕੀ ਹੋ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਨਾ ਕਾਫੀ ਸਾਰੇ ਲੋਕਾਂ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਸੀ ਠੀਕ ਹੈ ਔਰ ਇਹਨਾਂ ਨੇ ਐਸੀ ਮੰਗ ਦਾ ਵਿਰੋਧ ਕੀਤਾ ਤਾਂ ਹੁਣ ਤੁਸੀਂ ਸੋਚੋ ਫਿਰ ਜਿਹੜੇ ਖਾਲਿਸਤਾਨੀ ਲੀਡਰ ਹੋਣਗੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੀ ਪਾਸ਼ ਖਟਕਣਗੇ ਜਾਂ ਨਹੀਂ ਆਬਵੀਅਸਲੀ ਖਟਕਣਗੇ ਹੈਨਾ ਤਾਂ ਇਹਨਾਂ ਨੂੰ ਮਾਰਨ ਦੇ ਉਹ ਵਿਉਂਤਬਾ ਬਣਾਉਂਦੇ ਰਹੇ ਕਿ ਪਾਸ਼ ਨੂੰ ਖਤਮ ਕਰਨਾ ਹੈ ਕਿਸੇ ਵੀ ਤਰ੍ਹਾਂ ਠੀਕ ਹੈ ਤੇ ਹੁਣ ਇਹ ਕਿੱਥੇ ਸੀਗੇ ਇਹ ਹੈਗੇ ਸੀ ਉਸ ਟਾਈਮ ਯੂਐਸਏ ਦੇ ਵਿੱਚ ਉੱਥੇ ਮਾਰਨਾ ਤਾਂ ਆਸਾਨ ਨਹੀਂ ਸੀ ਤਾਂ ਫਿਰ ਬਾਅਦ ਵਿੱਚ ਕੀ ਹੁੰਦਾ ਆ ਬਾਅਦ ਵਿੱਚ ਨਾ 1988 ਦੇ ਵਿੱਚ ਪੰਜਾਬ ਆਂਦੇ ਆ ਠੀਕ ਹੈ ਇਹਨਾਂ ਦਾ ਐਕਚੁਅਲੀ ਯੂਐਸਏ ਦਾ ਜਿਹੜਾ ਵੀਜ਼ਾ ਸੀ ਉਹ ਰੀਨਿਊ ਕਰਵਾਉਣ ਵਾਲਾ ਸੀਗਾ ਰਾਈਟ ਤਾਂ ਹੁਣ ਜਦੋਂ ਇਹਨਾਂ ਨੇ ਰੀਨਿਊ ਕਰਵਾਉਣ ਵਾਸਤੇ ਇੱਥੇ ਆਏ ਤਾਂ 24 ਮਾਰਚ ਨੂੰ ਇਹਨਾਂ ਨੇ ਦਿੱਲੀ ਵਾਸਤੇ ਨਿਕਲਣਾ ਸੀਗਾ ਜਸਟ ਇੱਕ ਦਿਨ ਪਹਿਲਾਂ ਯਾਨੀ ਕਿ 23 ਮਾਰਚ ਨੂੰ ਹੀ ਇਹ ਆਪਣੇ ਇੱਕ ਦੋਸਤ ਦੇ ਨਾਲ ਖੇਤਾਂ ਵਿੱਚ ਹੈਗੇ ਸੀ ਦੋਸਤ ਦਾ ਨਾਮ ਹੈ ਹੰਸ ਰਾਜ ਓਕੇ ਇਹਨਾਂ ਦੇ ਨਾਲ ਆਪਣੇ ਖੇਤਾਂ ਵਿੱਚ ਸੀ ਉਸ ਟਾਈਮ ਦੇ ਵਿੱਚ ਉੱਥੇ ਖਾਲਿਸਤਾਨੀ ਜਿਹੜੇ ਲੀਡਰ ਸੀਗੇ ਮਿਲੀਟੈਂਸੀ ਉਹ ਆਏ ਔਰ ਉਹਨਾਂ ਨੇ ਇਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਠੀਕ ਹੈ ਇਸ ਤਰ੍ਹਾਂ ਫਿਰ ਇਹਨਾਂ ਦੀ ਡੈਥ ਹੋ ਗਈ ਸੀਗੀ ਬੜੀ ਛੋਟੀ ਉਮਰ ਦੇ ਵਿੱਚ ਹੀ ਸਿਰਫ ਆਪਣੇ ਵਿਚਾਰਾਂ ਦੇ ਕਰਕੇ ਓਕੇ ਪਰ ਇਹ ਹਮੇਸ਼ਾ ਬੋਲਦੇ ਸੀਗੇ ਕਿ ਮੇਰੇ ਵਿਚਾਰਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ 올 ਰਾਈਟ ਤੇ ਤੁਹਾਨੂੰ ਯਾਦ ਆ ਰਿਹਾ ਕਿ 23 ਮਾਰਚ ਨੂੰ ਕੋਈ ਹੋਰ ਵੀ ਪਰਸਨ ਹੈਗੇ ਨੇ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਦੇਸ਼ ਭਗਤਾ ਨੇ ਵਿੱਚ ਨਾਮ ਸਭ ਤੋਂ ਉੱਪਰ ਲਿਆ ਜਾਂਦਾ ਆ ਉਹਨਾਂ ਨੂੰ ਵੀ 23 ਮਾਰਚ ਨੂੰ ਹੀ ਸ਼ਹੀਦ ਕੀਤਾ ਗਿਆ ਸੀ ਕੀ ਤੁਸੀਂ ਮੈਨੂੰ ਉਹਨਾਂ ਦਾ ਨਾਮ ਦੱਸ ਸਕਦੇ ਹੋ ਤੁਸੀਂ ਫਿਰ ਦੇਖੋ ਉਹਨਾਂ ਦੇ ਵੀ ਜਿਹੜੇ ਵਿਚਾਰ ਸੀ ਨਾ ਉਹ ਵੀ ਇਦਾਂ ਹੀ ਸੀ ਖੁੱਲੇ ਠੀਕ ਹੈ ਔਰ ਉਹਨਾਂ ਦੇ ਨਾਲ ਰਿਲੇਟ ਕਰਕੇ ਤੁਸੀਂ ਪਾਸ਼ ਨੂੰ ਯਾਦ ਕਰੋਗੇ ਤਾਂ ਇਹਨਾਂ ਦੇ ਡੈਥ ਵਾਲਾ ਡੇ ਤੁਹਾਨੂੰ ਕਦੀ ਵੀ ਨਹੀਂ ਭੁੱਲੇਗਾ ਠੀਕ ਹੈ ਤਾਂ 23 ਮਾਰਚ ਨੂੰ ਵੈਰੀ ਗੁੱਡ ਹਰਵਿੰਦਰ ਜੀ ਮਿਨਾਕਸ਼ੀ ਜੀ ਕੀ ਬਾਤ ਹੈ ਬਿਲਕੁਲ ਪਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਸਾਰਿਆਂ ਨੂੰ 23 ਮਾਰਚ ਨੂੰ ਹੀ ਫਾਂਸੀ ਦਿੱਤੀ ਗਈ ਸੀ ਠੀਕ ਹੈ ਤਾਂ ਦੇਖੋ ਇਹਨਾਂ ਦੇ ਵਿਚਾਰ ਆਪਸ ਵਿੱਚ ਕਿੰਨੇ ਮਿਲਦੇ ਆ ਔਰ ਇਤਿਫਾਕ ਦੇ ਨਾਲ ਡੈਥ ਵੀ ਇਹਨਾਂ ਦੀ ਸੇਮ ਡੇ ਹੀ ਹੋਈ ਆ ਓਕੇ ਠੀਕ ਹੈ ਜੀ ਅੱਗੇ ਚੱਲਦੇ ਆ ਹੁਣ ਹੋ ਗਈ ਜੀ ਪਾਸ ਦੀ ਮੌਤ ਓਕੇ ਇਹਨਾਂ ਦੀ ਮੌਤ ਤੋਂ ਬਾਅਦ ਅਮਰਜੀਤ ਚੰਦਨ ਨੇ ਇਹਨਾਂ ਦੀਆਂ ਅਣ ਛੱਪੀਆਂ ਹੋਈਆਂ ਕਵਿਤਾਵਾਂ ਨੂੰ ਸੰਪਾਦਿਤ ਕੀਤਾ ਸੀ ਠੀਕ ਹੈ ਇਹ ਵੀ ਯਾਦ ਰੱਖਣਾ ਹੁਣ ਤੁਸੀਂ ਅਮਰਜੀਤ ਚੰਦਨ ਨੂੰ ਕਿਸ ਤਰ੍ਹਾਂ ਯਾਦ ਰੱਖ ਸਕਦੇ ਹੋ ਦੇਖੋ पाश अमर ਹੋਗੇ ਕਿਉਂ ਜੀ 23 ਮਾਰਚ ਨੂੰ ਇਹਨਾਂ ਨੂੰ ਅਸੈਸੀਨੇਟ ਕੀਤਾ ਗਿਆ ਠੀਕ ਹੈ ਕਤਲ ਕੀਤਾ ਗਿਆ ਰਾਈਟ ਤਾਂ ਬਸ ਇਹਨਾਂ ਦੀ ਡੈਥ ਤੋਂ ਬਾਅਦ ਅਮਰਜੀਤ ਚੰਦਨ ਨੇ ਇਹਨਾਂ ਦੀਆਂ ਜਿੰਨੀਆਂ ਵੀ ਕਵਿਤਾਵਾਂ ਅਨਛਪੀਆਂ ਰਹਿ ਗਈਆਂ ਸੀ ਉਹਨਾਂ ਦਾ ਫਿਰ ਸੰਪਾਦਨ ਕੀਤਾ ਓਕੇ ਹੁਣ ਨਾ ਪਾਸ਼ ਇੱਕ ਸੁਪਨਾ ਦੇਖਦੇ ਸੀ ਇੱਕ ਪੱਛਮੀ ਕਵੀ ਸੀ ਪਾਬਲੋ ਨੈਰੂਦਾ ਜਦੋਂ ਪਾਸ਼ ਜੇਲ੍ਹ ਦੇ ਵਿੱਚ ਸੀ ਨਾ ਉਸ ਟਾਈਮ ਦੇ ਉੱਪਰ ਇਹਨਾਂ ਨੇ ਪਾਬਲੋ ਨੈਰੂਦਾ ਦੀਆਂ ਕਵਿਤਾਵਾਂ ਨੂੰ ਬਹੁਤ ਜ਼ਿਆਦਾ ਪੜਿਆ ਸੀ ਔਰ ਉਹਨਾਂ ਦਾ ਅਸਰ ਬਹੁਤ ਜ਼ਿਆਦਾ ਸੀ ਇਹਨਾਂ ਤੇ ਤਾਂ ਇਹ ਚਾਹੁੰਦੇ ਸੀ ਕਾਸ਼ ਮੈਂ ਵੀ ਪਾਬਲੋ ਨੈਰੂਦਾ ਤਰ੍ਹਾਂ ਬਣ ਸਕਾਂ ਓਕੇ ਤਾਂ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂਗੀ ਕਿ ਇਹਨਾਂ ਦਾ ਕਿਹੜਾ ਕਾਵ ਸੰਗ੍ਰਹਿ ਹੈਗਾ ਜਿਹੜਾ ਕਿ ਪਾਬਲੋ ਨੈਰੂਦਾ ਦੀਆਂ ਕਵਿਤਾਵਾਂ ਤੋਂ ਇਮਪ੍ਰੈਸ ਹੋ ਕੇ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਓਕੇ ਜੀ ਅੱਗੇ ਚੱਲਦੇ ਹਾਂ ਪਾਸ਼ ਨੂੰ ਕਿਸ ਨਾਮ ਤੋਂ ਜਾਣਿਆ ਜਾਂਦਾ ਹੈ ਤਾਂ ਪਾਸ਼ ਨੂੰ ਬੋਲਦੇ ਹੈ ਕ੍ਰਾਂਤੀ ਦਾ ਮੈਟਾਫਰ ਪੰਜਾਬੀ ਦੇ ਲਈ ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈ ਕੀ ਕ੍ਰਾਂਤੀ ਦਾ ਮੈਟਾਫਰ ਕਿਨਾਂ ਨੂੰ ਬੋਲਿਆ ਜਾਂਦਾ ਹੈ ਇਹ 파ਸ਼ ਨੂੰ ਹੀ ਬੋਲਦੇ ਨੇ ਇਹਨਾਂ ਦੀ ਪਰਵਿਰਤੀ ਕਿਹੜੀ ਹੈ ਜਦੋਂ ਅਗਰ ਅਸੀਂ ਇਹਨਾਂ ਦੀ ਥਿਉਰੀ ਪੜ੍ਹੀ ਹੈ ਸਾਨੂੰ ਪਤਾ ਚੱਲ ਹੀ ਗਿਆ ਕਿ ਇਹ ਜੁਝਾਰਵਾਦੀ ਪਰਵਿਰਤੀ ਦੇ ਹੈ ਇਹ ਚੇਂਜ ਲੈ ਕੇ ਆਉਣਾ ਚਾਹੁੰਦੇ ਹੈ ਇਹ ਸਮਾਜ ਨੂੰ ਬਦਲਣਾ ਚਾਹੁੰਦੇ ਹੈ ਠੀਕ ਹੈ ਚੇਤਨਾ ਫਿਰ ਕਿੱਦਾਂ ਦੀ ਹੈ ਬਿਲਕੁਲ ਭਗਤ ਸਿੰਘ ਵਰਗੀ ਯਾਨੀ ਕਿ ਕ੍ਰਾਂਤੀਕਾਰੀ ਚੇਤਨਾ ਹੈਗੀ ਹੈ ਵਿਦਰੋਹ ਔਰ ਸੰਘਰਸ਼ ਇਹਨਾਂ ਦੀਆਂ ਕਿਤਾਬਾਂ ਵਿੱਚ ਸਾਫ਼ ਦੇਖਣ ਨੂੰ ਮਿਲ ਜੇਗਾ ਅਗਰ ਇਹਨਾਂ ਨੂੰ ਕੁਝ ਅੱਛਾ ਨਹੀਂ ਲੱਗਦਾ ਸੀ ਇਹ ਡਾਇਰੈਕਟ ਬੋਲਦੇ ਸੀ ਠੀਕ ਹੈ ਡਰਦੇ ਨਹੀਂ ਸੀ ਸ਼ਾਇਦ ਤਾਈ ਇਹਨਾਂ ਨੂੰ ਅਸੈਸੀਨੇਟ ਕੀਤਾ ਗਿਆ রাইਟ ਔਰ ਇਹਨਾਂ ਨੇ ਫਿਰ ਜ਼ਿਆਦਾ ਕਵਿਤਾਵਾਂ ਕਿੱਦਾਂ ਦੀਆਂ ਲਿਖੀਆਂ ਐਨੇ ਖੁੱਲੇ ਵਿਚਾਰਾਂ ਵਾਲੇ ਹੈਗੇ ਆ ਕਿ ਇਹ ਬੰਦ ਕਿਤਾਵਾਂ ਲਿਖਣਗੇ ਨਹੀਂ ਇਹਨਾਂ ਨੇ ਖੁੱਲੀਆਂ ਕਵਿਤਾਵਾਂ ਲਿਖੀਆਂ ਠੀਕ ਹੈ ਔਰ ਇਹਨਾਂ ਦੇ ਵਿੱਚ ਲੋਕਾਂ ਨੂੰ ਵੰਗਾਰਿਆ ਉਹਨਾਂ ਨੂੰ ਲਲਕਾਰਿਆ ਠੀਕ ਹੈ ਖੁੱਲੀਆਂ ਕਵਿਤਾਵਾਂ ਇਹਨਾਂ ਨੇ ਲਿਖੀਆਂ ਹੀ ਤਾਂ ਸੀ ਤਾਂ ਕਿ ਲੋਕਾਂ ਤੱਕ ਇਹਨਾਂ ਦੀ ਉਹ ਆਵਾਜ਼ ਪਹੁੰਚ ਸਕੇ ਉਹ ਵੰਗਾਰ ਪਹੁੰਚ ਸਕੇ ਠੀਕ ਹੈ ਪਰ ਖੁੱਲੀਆਂ ਕਵਿਤਾਵਾਂ ਦੇ ਨਾਲ-ਨਾਲ ਇਹਨਾਂ ਨੇ ਕੁਝ ਗੀਤ ਵੀ ਲਿਖਿਆ ਕੁਝ ਗ਼ਜ਼ਲਾਂ ਵੀ ਲਿਖੀਆਂ ਠੀਕ ਹੈ ਪਰ ਜਦੋਂ ਇਹ ਗੀਤ ਤੇ ਗ਼ਜ਼ਲਾਂ ਵਿੱਚ ਚਾਹੁੰਦੇ ਆ ਉਦੋਂ ਜਿਹੜਾ ਇਹ ਸੰਦੇਸ਼ ਦੇਣਾ ਚਾਹੁੰਦੇ ਸੀ ਉਹ ਥੋੜਾ ਜਿਹਾ ਸਾਨੂੰ ਠੰਡਾ ਪਿਆ ਜਾਪਦਾ ਕਿਉਂਕਿ ਗੀਤ ਤੇ ਗ਼ਜ਼ਲ ਦੇ ਵਿੱਚ ਤੁਸੀਂ ਪੜਕਾਉ ਜਿਹੜਾ ਚੀਜ਼ਾਂ ਹੈਗੀਆਂ ਉਹ ਨਹੀਂ ਦਿਖਾ ਸਕਦੇ ਰਾਈਟ ਜਿੰਨੀਆਂ ਇਹ ਖੁੱਲ੍ਹੀ ਕਵਿਤਾਵਾਂ ਵਿੱਚ ਦਿਖਾ ਸਕਦੇ ਸੀ ਓਕੇ ਹੁਣ ਅਸੀਂ ਦੇਖਣਾ ਹੈ ਕਿ ਪਾਸ ਦੇ ਜੌਂਦੇ ਜੀ ਇਹਨਾਂ ਦੇ ਕਿੰਨੇ ਕਾਵ ਸੰਗ੍ਰਹਿ ਛਪੇ ਨੇ ਇਹਨਾਂ ਦੇ ਕਾਵ ਸੰਗ੍ਰਹਿ ਛਪੇ ਆ 3 ਔਰ ਇਹ ਕਿੰਨੇ ਦੌਰ ਦੇ ਕਵੀ ਆ ਤੀਜੀ ਤਿੰਨ ਨੂੰ ਤਿੰਨ ਦੇ ਨਾਲ ਮਿਲਾ ਲਓ ਦੋਨੋਂ ਚੀਜ਼ਾਂ ਯਾਦ ਠੀਕ ਹੈ ਤਿੰਨ ਕਾਵ ਸੰਗ੍ਰਹਿ ਜਉਂਦੇ ਜੀ ਛਪਿਆ ਲਿਖਿਆ ਬਹੁਤ ਕੁਝ ਹੈ ਕੁਝ ਬਾਅਦ ਦੇ ਵਿੱਚ ਛਪੇ ਕੁਝ ਅਣ ਛਪੇ ਵੀ ਰਹਿ ਗਿਆ ਇਹ ਵੀ ਅਸੀਂ ਦੇਖਾਂਗੇ ਠੀਕ ਹੈ ਔਰ ਇਹਨਾਂ ਦਾ ਕੁਝ ਐਦਾਂ ਦਾ ਵੀ ਟਾਈਮ ਆਇਆ ਜਦੋਂ ਇਹਨਾਂ ਨੇ ਲਿਖਿਆ ਤਾਂ ਉਸ ਨੂੰ ਇਹਨਾਂ ਦਾ ਕਲਾ ਦਾ ਸਿਖਰ ਮੰਨਿਆ ਗਿਆ ਓਕੇ ਜੀ ਠੀਕ ਹੈ ਹੁਣ ਇਹਨਾਂ ਦੀ ਕਵਿਤਾ ਸੀ ਸਭ ਤੋਂ ਖਤਰਨਾਕ ਇਹ 11ਵੀਂ ਜਮਾਤ ਦੇ ਵਿੱਚ ਦਰਜ ਕਰਵਾਈ ਗਈ ਹੈ ਠੀਕ ਹੈ ਔਰ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਤੁਹਾਨੂੰ ਪੰਜਾਬੀ ਸੱਭਿਆਚਾਰ ਦਾ ਚਿੰਨ੍ਹ ਔਰ ਪ੍ਰਤੀਕ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਜਾਣਗੇ ਇਹਨਾਂ ਨੇ ਨੋ ਡਾਊਟ ਪਿੰਡਾਂ ਵਾਲੇ ਲੋਕਾਂ ਦੇ ਬਾਰੇ ਦੇ ਵਿੱਚ ਕਾਫੀ ਜ਼ਿਆਦਾ ਗੱਲ ਕੀਤੀ ਹੈ ਠੀਕ ਹੈ ਤੇ ਇਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਇੱਕ ਹੋਰ ਚੀਜ਼ ਸ਼ਾਮਿਲ ਕੀਤੀ ਹੈ ਉਹ ਕਿਹੜੀ ਹੈ ਵਿਅੰਗ ਨੂੰ ਸ਼ਾਮਿਲ ਕੀਤਾ ਇਹਨਾਂ ਨੇ ਠੀਕ ਹੈ ਵਿਅੰਗ ਦੇ ਨਾਲ ਹੀ ਇਹ ਦਿਖਾ ਦਿੰਦੇ ਸੀ ਲੋਕਾਂ ਨੂੰ ਹਾਸੇ-ਹਾਸੇ ਵਿੱਚ ਹੀ ਇਹਨਾਂ ਨੇ ਉਹ ਚੀਜ਼ ਬੋਲਦੇ ਨੇ ਕਟਾਕਸ਼ ਕਰਕੇ ਉਹ ਚੀਜ਼ ਬੋਲ ਦੇਣੀ ਸ਼ਾਇਦ ਜੋ ਇੱਕ ਇਨਸਾਨ ਬਹੁਤ ਜ਼ਿਆਦਾ ਕਰੋਧ ਵਿੱਚ ਵੀ ਨਾ ਬੋਲ ਸਕਦਾ ਹੋਵੇ ਠੀਕ ਹੈ ਜੋ ਇਹ ਚਾਹਦੇ ਸੀ ਉਹ ਸਾਹਮਣੇ ਦਿਖਾਉਂਦੇ ਸੀ ਰਾਈਟ ਹੁਣ ਅਸੀਂ ਦੇਖ ਲੈਨੇ ਆ ਇਹਨਾਂ ਦੇ ਇੰਪੋਰਟੈਂਟ ਕਾਵ ਸੰਗ੍ਰਹਿ ਬਹੁਤ ਕੁਝ ਹੋਰ ਵੀ ਹੈ ਪਰ ਜੋ ਸਾਡੇ ਪੇਪਰ ਲਈ ਜ਼ਰੂਰੀ ਹੈ ਪਹਿਲਾਂ ਅਸੀਂ ਉਹ ਦੇਖ ਲੈਨੇ ਆ ਠੀਕ ਹੈ ਲੋਕ ਕਥਾ ਉੱਡਦੇ ਬਾਜ਼ਾ ਮਗਰ ਔਰ ਸਾਡੇ ਸਮਿਆਂ ਵਿੱਚ ਇਹ ਤਾਂ ਤਿੰਨ ਐਦਾਂ ਦੇ ਕਾਵ ਸੰਗ੍ਰਹਿ ਜਿਹੜੇ ਤੁਸੀਂ ਖੋਲ ਕੇ ਪੀਨੇ ਆ ਠੀਕ ਹੈ ਲੋਕ ਕਥਾ 1970 ਉੜਦੇ ਬਾਜ਼ਾ ਮਗਰ 1973 ਔਰ ਸਾਡੇ ਸਮਿਆਂ ਵਿੱਚ ਇਹ 1978 ਦੇ ਵਿੱਚ ਛਪਿਆ ਹੈ ਇਹ ਤਿੰਨ ਉਹ ਕਾਵ ਸੰਗ੍ਰਹਿ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਕਿ ਇਹਨਾਂ ਦੇ ਜਿਉਂਦੇ ਜੀ ਹੀ ਛਪ ਗਏ ਓਕੇ ਤਾਂ ਇਸੇ ਕਰਕੇ ਸ਼ਾਇਦ ਸਾਡੇ ਸਮਿਆਂ ਵਿੱਚ ਨੂੰ ਬੋਲਿਆ ਜਾਂਦਾ ਹੈ ਕਿ ਇਹ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਕਿਉਂਕਿ ਬਾਅਦ ਵਾਲੇ ਜਿਹੜੇ ਹੈ ਉਹ ਇਹਨਾਂ ਦੇ ਮਰਨੋਂ ਪ੍ਰਾਂਤ ਛਾਪੇ ਗਏ ਨੇ ਓਕੇ ਔਰ ਸਾਡੇ ਸਮਿਆਂ ਵਿੱਚ ਦੇ ਵਿੱਚ 28 ਕਵਿਤਾਵਾਂ ਸ਼ਾਮਿਲ ਸੀਗੀਆਂ ਓਕੇ ਆਲ ਰਾਈਟ ਅੱਗੇ ਆ ਜਾਂਦਾ ਹੈ ਖਿਲਰੇ ਹੋਏ ਵਰਕੇ ਇਹ ਮੋਤ ਉਪਰੰਤ ਛਪਿਆ 1999 ਦੇ ਵਿੱਚ ਹੁਣ ਮੈਨੂੰ ਜਲਦੀ ਜਲਦੀ ਜਵਾਬ ਦਿਓ ਕਿ ਇਹਨਾਂ ਦੀ ਮੌਤ ਕਿਹੜੇ ਸਾਲ ਵਿੱਚ ਹੋਈ ਸੀ ਪਲੀਜ਼ ਹੰਦਾ ਰਿਪਲਾਈ ਕਰੋ ਕਿਸ ਸਾਲ ਦੇ ਵਿੱਚ ਇਹਨਾਂ ਨੂੰ ਅਸਾਸੀਨੇਟ ਕੀਤਾ ਗਿਆ ਸੀ ਇਹਨਾਂ ਦੇ ਫਰੈਂਡ ਦੇ ਨਾਲ ਮਿਲ ਕੇ ਓਕੇ ਫਿਰ ਤੁਹਾਨੂੰ ਖਿਲਰੇ ਹੋਏ ਵਰਕੇ ਦਾ ਸੰਪਾਦਨ ਸਾਲ ਯਾਦ ਕਰਨਾ ਈਜ਼ੀ ਹੋ ਜਾਏਗਾ ਠੀਕ ਹੈ ਜਲਦੀ ਜਲਦੀ ਇੱਥੇ ਹੁੰਨੇ ਹੁੰਨੇ ਰਿਪਲਾਈ ਕਰਨਾ ਤਦ ਤੱਕ ਅੱਗੇ ਚੱਲਦੇ ਹਾਂ ਵਰਤਮਾਨ ਦੇ ਰੂਬਰੂ ਏ ਵੀ 1999 ਦੇ ਵਿੱਚ ਹੀ ਆਈ ਹੈ ਆਪਣੇ ਆਪ ਨਾਲ ਗੱਲਾਂ ਇਹ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਦੀ ਡਾਇਰੀ ਹੈ ਵੈਰੀ ਗੁੱਡ ਹਰਵਿੰਦਰ ਜੀ 1988 ਦੇ ਵਿੱਚ ਨਾ ਅਸੈਸਿਨੇਟ ਕੀਤਾ ਗਿਆ ਜਸਟ ਇੱਕ ਸਾਲ ਬਾਅਦ ਖਿਲਰੇ ਹੋਏ ਵਰਕੇ ਆ ਗਏ ਠੀਕ ਹੈ 1988 ਦੇ ਵਿੱਚ ਯਾਨੀ ਕਿ ਇਹਨਾਂ ਨੂੰ ਖਿਲਾਰਿਆ ਗਿਆ ਇਹਨਾਂ ਦੇ ਵਿਚਾਰਾਂ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ਗਈ ਠੀਕ ਹੈ ਤਾਂ ਖਿਲਰੇ ਹੋਏ ਵਰਕੇ ਆ ਗਏ ਫਿਰ ਇਹ ਇੱਕ ਸਾਲ ਬਾਅਦ ਓਕੇ ਰਾਈਟ ਪਾਸ ਦੀਆਂ ਚਿੱਠੀਆਂ ਔਰ ਡਾਇਰੀ ਇਹ ਦੋਨੋਂ ਹੀ ਚੀਜ਼ਾਂ 1991 ਦੇ ਵਿੱਚ ਆਈਆਂ ਅਸੀਂ ਕਿਸੇ ਨੂੰ ਆਪਣੀ ਗੱਲ ਪਹੁੰਚਾਉਣੀ ਹੈ ਅਸੀਂ ਚਿੱਠੀ ਨਾਲ ਪਹੁੰਚਾਣੇ ਆ ਅਸੀਂ ਆਪਣੀ ਗੱਲ ਲਿਖਣੀ ਹੈ ਅਸੀਂ ਡਾਇਰੀ ਨਾਲ ਲਿਖਦੇ ਆ ਤੇ ਦੋਨੋਂ ਹੀ ਚੀਜ਼ਾਂ ਇੱਕੋ ਸਾਲ ਵਿੱਚ ਆਈਆਂ ਕਦੋਂ ਜੀ 1991 ਵਿੱਚ ਓਕੇ ਇਸ ਤੋਂ ਬਾਅਦ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਦਾ ਸੰਕਲਨ ਕਿਹੜਾ ਸੀ ਲੜਾਂਗੇ ਸਾਥੀ ਇਹ ਇਹਨਾਂ ਦਾ ਸੰਕਲਨ ਹੈ ਔਰ ਸਮੁੱਚੀ ਕਵਿਤਾ ਨਦੀ ਅੱਖਰ ਅੱਖਰ ਹੈ ਓਕੇ ਅੱਖਰ ਅੱਖਰ ਜੋੜ ਕੇ ਇਹਨਾਂ ਨੇ ਆਪਣੀ ਸਮੁੱਚੀ ਕਵਿਤਾ ਬਣਾਈ ਸੀ ਰਾਈਟ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਂਦਾ ਹੈ ਕਿ ਇਹਨਾਂ ਦਾ ਸਮੁੱਚਾ ਕਾਵ ਸੰਗ੍ਰਹਿ ਕਿਹੜਾ ਹੈ ਤਾਂ ਉਹ ਇਹੀ ਹੈ ਸਭ ਤੋਂ ਖਤਰਨਾਕ ਰਾਈਟ ਔਰ ਇਹਨੂੰ ਪ੍ਰਕਾਸ਼ਿਤ ਕਿਸ ਨੇ ਕੀਤਾ ਲੁਧਿਆਣਾ ਦੇ ਦਸਤਕ ਪ੍ਰਕਾਸ਼ਨ ਨੇ 올 ਰਾਈਟ ਔਰ ਤੁਸੀਂ ਹੈਰਾਨੀ ਮੰਨੋਗੇ ਇੱਕ ਪੇਪਰ ਦੇ ਵਿੱਚ ਇਹ ਵੀ ਪੁੱਛ ਲਿਆ ਗਿਆ ਕਿ ਸਭ ਤੋਂ ਖਤਰਨਾਕ ਕਾਵ ਸੰਗ੍ਰਹਿ ਨੂੰ ਕਿਹਨੇ ਪ੍ਰਕਾਸ਼ਿਤ ਕੀਤਾ ਇਸ ਲਈ ਪਲੀਜ਼ ਇਹਨੂੰ ਯਾਦ ਰੱਖ ਲੈਣਾ ਦਸਤਕ ਪ੍ਰਕਾਸ਼ਨ ਲੁਧਿਆਣਾ ਨੇ ਓਕੇ 올 ਰਾਈਟ ਇਸ ਤੋਂ ਬਾਅਦ ਇਹਨਾਂ ਦੀਆਂ ਕੁਝ ਅਪ੍ਰਕਾਸ਼ਿਤ ਵੀ ਰਚਨਾਵਾਂ ਆਂਦੀਆਂ ਜਿਸ ਤਰ੍ਹਾਂ ਕਿ ਟਾਣੀ ਰਜਿਸਟਰ ਕੁਝ ਮੈਂ ਅੱਗੇ ਵੀ ਲਿਖੀਆਂ ਵੈਸੇ ਤਿੰਨ ਐ ਪਰ ਇੱਥੇ ਤੁਸੀਂ ਇੱਕ ਯਾਦ ਰੱਖ ਲੈਣਾ ਟਾਣੀ ਰਜਿਸਟਰ ਇਹਨਾਂ ਦੀ ਅਪ੍ਰਕਾਸ਼ਿਤ ਰਚਨਾ ਹੈ ਓਕੇ ਰਾਈਟ ਹੁਣ ਅਸੀਂ ਦੇਖ ਲੈਣੇ ਆ ਕਿ ਇਹਨਾਂ ਨੇ ਕਿੱਦਾਂ-ਕਿੱਦਾਂ ਦੀਆਂ ਰਚਨਾਵਾਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਐ ਓਕੇ ਪਹਿਲਾਂ ਗੱਲ ਕਰਦੇ ਹਾਂ ਉੱਡਦੇ ਬਾਗਾ ਮਗਰ ਸੌਰੀ ਬਾਜਾ ਮਗਰ ਐਦੇ ਵਿੱਚ ਕੀ ਦਿਖਾਇਆ ਇਹਨਾਂ ਨੇ ਕਿ ਜੇਲ੍ਹ ਦੇ ਵਿੱਚ ਜਿਹੜੇ ਵੀ ਪਰਸਨ ਬੈਠੇ ਹੋਏ ਨੇ ਜਿਨ੍ਹਾਂ ਨੂੰ ਅੰਦਰ ਡੱਕਿਆ ਗਿਆ ਠੀਕ ਹੈ ਉਹਨਾਂ ਦੇ ਨਾਲ ਕੀ ਕੀ ਦੁਸ਼ਵਾਰੀਆਂ ਹੋ ਰਹੀਆਂ ਨੇ ਔਰ ਐਦੇ ਲਈ ਇਹਨਾਂ ਨੇ ਡੁੱਬਦੇ ਮਾਝਾ ਮਗਰ ਵਿੱਚ ਸਪੈਸ਼ਲ ਇੱਕ ਜੇਲ੍ਹ ਨਾਮ ਦੀ ਕਵਿਤਾ ਵੀ ਲਿਖੀ ਹੈ ਪਰ ਇਹਨਾਂ ਨੇ ਕੀ ਬੋਲਿਆ ਕਿ ਤੁਸੀਂ ਜੇਲ੍ਹ ਦੇ ਵਿੱਚ ਇੱਕ ਇਨਸਾਨ ਦੀ ਦੇਹ ਨੂੰ ਤਾਂ ਕੈਦ ਕਰ ਸਕਦੇ ਹੋ ਇੱਕ ਇਨਸਾਨ ਨੂੰ ਤਾਂ ਕੈਦ ਕਰ ਸਕਦੇ ਹੋ ਪਰ ਤੁਸੀ ਉਹਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੇ ਇਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਦੇ ਅੰਦਰ ਰਹਿ ਕੇ ਵੀ ਆਪਣੇ ਵਿਚਾਰ ਨਹੀਂ ਮਰਨ ਦਿਆਂਗਾ ਠੀਕ ਹੈ ਕਿ ਤੁਸੀਂ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕੋਗੇ ਇਹ ਸਾਰਾ ਕੁਝ ਇਹਨਾਂ ਨੇ ਜੇਲ੍ਹ ਨਾਮ ਦੀ ਕਵਿਤਾ ਦੇ ਵਿੱਚ ਦਿਖਾਇਆ ਹੈ ਰਾਈਟ ਉਸ ਤੋਂ ਬਾਅਦ ਅਗਲੀ ਕਵਿਤਾ ਉਹਦੇ ਨਾਂ ਇਹ ਸ਼ਾਇਦ ਇਹਨਾਂ ਦੀ ਇੱਕੋ ਇੱਕ ਕਵਿਤਾ ਐਦਾਂ ਦੀ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਇਹਨਾਂ ਨੇ ਆਪਣੇ ਪਿਆਰ ਦੇ ਅਨੁਭਵਾਂ ਨੂੰ ਪੇਸ਼ ਕੀਤਾ ਆ ਉਹਦੇ ਨਾਂ ਦੇ ਵਿੱਚ ਓਕੇ ਜੀ ਅੱਗੇ ਅੱਗੇ ਲੋਕ ਕਥਾ ਲੋਕ ਕਥਾ ਅਸੀਂ ਹੁਨੇ ਕੀਤਾ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਰਾਈਟ ਮੈਂ ਤੁਹਾਨੂੰ ਸ਼ੁਰੂ ਸ਼ੁਰੂ ਵਿੱਚ ਦੱਸਿਆ ਸੀਗਾ ਕਿ ਇਹਨਾਂ ਨੇ ਇੱਕ ਪੱਛਮੀ ਲੇਖਕ ਹੈ ਗਿਆ ਜਿਨ੍ਹਾਂ ਦੀਆਂ ਰਚਨਾਵਾਂ ਬਹੁਤ ਪੜੀਆਂ ਨਾਮ ਕੀ ਹੈ ਪਾਬਲੋ ਨੈਰੂਦਾ ਹੈ ਨਾ ਇਹ ਪਾਬਲੋ ਨੈਰੂਦਾ ਦੀਆਂ ਹੀ ਕਵਿਤਾਵਾਂ ਇਹ ਪੜ ਰਹੇ ਸੀਗੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਲਿਖਿਆ ਲੋਕ ਕਥਾ ਓਕੇ ਇਹ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਲੋਕ ਕਥਾ ਕਿੰਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ ਪਾਬਲੋ ਨੇਰੂਦਾ will be your answer. ok ਉਸ ਤੋਂ ਬਾਅਦ ਇਸ ਕਾਵਿ ਸੰਗ੍ਰਹਿ ਵਿੱਚ ਸਭ ਤੋਂ ਪਹਿਲੀ ਕਵਿਤਾ ਮਿਲਦੀ ਆ ਭਾਰਤ। ok ਔਰ ਇਹਦੇ ਵਿੱਚ ਇਹਨਾਂ ਨੇ ਕੀ ਦਿਖਾਇਆ ਕਿ ਜਿਹੜੇ ਸਾਡੇ ਭਾਰਤ ਦੇ ਪਿੰਡੂ ਲੋਕ ਐ ਉਹ ਅਨਪੜ੍ਹ ਹੈਗੇ ਆ। ਉਹਨਾਂ ਦਾ ਜ਼ਿੰਦਗੀ ਬਿਲਕੁਲ ਖੜੀ ਹੋਈ ਐ। ਅੱਗੇ ਨਹੀਂ ਵਧ ਰਹੀ। ਬੜਾ ਹੀ ਪਿਛੜਿਆ ਹੋਇਆ ਤਮਗਾ ਹੈਗਾ। no doubt ਅੱਜ ਦੀ ਡੇਟ ਵਿੱਚ ਗੱਲ ਕਰੋਗੇ ਤਾਂ ਪਿੰਡਾਂ ਦੇ ਬੱਚੇ ਵੀ ਸ਼ਹਿਰਾਂ ਵਿੱਚ ਬਾਹਰ ਪੜਨ ਵੀ ਆਉਂਦੇ ਆ। jobs ਵੀ ਕਰਦੇ ਆ ਔਰ even ਓਲੰਪਿਕਸ ਤੱਕ ਵੀ ਜਾਂਦੇ ਨੇ রাইਟ ਔਰ ਸ਼ਾਇਦ ਜ਼ਿਆਦਾ ਪਿੰਡਾਂ ਦੇ ਲੋਕ ਓਲੰਪਿਕਸ ਵਿੱਚ ਦੇਖਣ ਨੂੰ ਮਿਲਣਗੇ ਸ਼ਹਿਰਾਂ ਦੇ ਕੰਪੈਰੀਟਿਵ রাইਟ ਬਟ ਉਸ ਟਾਈਮ ਦੀ ਗੱਲ ਕਰੀਏ ਤਾਂ ਉਸ ਟਾਈਮ ਦੇ ਉੱਪਰ ਸਾਡੇ ਪਿੰਜ ਬਹੁਤ ਪਿਛੜੇ ਹੋਏ ਨੇ ਓਕੇ ਤਾਂ ਇਹਨਾਂ ਨੇ ਸਾਰਾ ਕੁਝ ਦਿਖਾਇਆ ਕਿ ਇਹ ਸਾਰਾ ਕੁਝ ਇੱਕ ਸ਼ਰਾਪ ਹੈ ਪਿੰਡਾਂ ਦੇ ਲੋਕਾਂ ਦੇ ਲਈ ਓਕੇ ਇਸ ਤੋਂ ਬਾਅਦ ਦੋ ਤੇ ਦੋ ਤਿੰਨ ਐਸ ਕਵਿਤਾ ਵਿੱਚ ਇਹਨਾਂ ਨੇ ਦੱਸਿਆ ਹੈ ਜਿਹੜੀ ਸਾਡੀ ਨਿਆਹ ਪ੍ਰਣਾਲੀ ਹੈ ਇਹਦੇ ਵਿੱਚ ਰਿਸ਼ਵਤ ਬਹੁਤ ਜ਼ਿਆਦਾ ਆ ਲੋਕਾਂ ਨੂੰ ਲੁੱਟਿਆ ਬਹੁਤ ਜ਼ਿਆਦਾ ਜਾਂਦਾ ਆ ਅਨਿਆ ਬਹੁਤ ਜ਼ਿਆਦਾ ਹੈ ਠੀਕ ਹੈ ਰਿਸ਼ਵਤ ਲੈ ਕੇ ਸਾਰੇ ਕੰਮ ਕੀਤੇ ਜਾਂਦੇ ਆ ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਇਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਕਿੰਨਾ ਜ਼ਿਆਦਾ ਵਿਰੋਧ ਦਿਖਾਇਆ ਹੈ ਹੈਨਾ ਐਦਾਂ ਲੱਗਦਾ ਹੈ ਕਿ ਇਹਨਾਂ ਦੇ ਦਿਲ ਦੇ ਵਿੱਚ ਭੜਾਸ ਹੈ ਜਿਹੜੀ ਇਹ ਕੱਢ ਰਹੇ ਨੇ ਨੈਕਸਟ ਹੈ ਗਲੇ ਸੜੇ ਫੁੱਲ ਐਦੇ ਵਿੱਚ ਇਹਨਾਂ ਨੇ ਦੋ ਚੀਜ਼ਾਂ ਦੀ ਤੁਲਨਾ ਕੀਤੀ ਹੈ ਪਿੰਡੂ ਔਰ ਸ਼ਹਿਰੀ ਜੀਵਨ ਦੀ ਕਿਹਦੇ ਵਿੱਚ ਗਲੇ ਸੜੇ ਫੁੱਲ ਦੇ ਵਿੱਚ ਓਕੇ ਹੁਣ ਅੱਗੇ ਇਹ ਤਿੰਨ ਹੋਰ ਰਚਨਾਵਾਂ ਹੈ ਜਿਹੜੀਆਂ ਕਿ ਆਪ੍ਰਕਾਸ਼ਿਤ ਨਹੀਂ ਇੱਕ ਅਸੀਂ ਪਹਿਲਾਂ ਹੀ ਦੇਖ ਲਈ ਸੀ ਕਾਨੀ ਰਜਿਸਟਰ ਫਿਰ ਪਿਤਾ ਵੱਲੋਂ ਖੱਤ ਔਰ ਭੈਣ ਵੱਲੋਂ ਖੱਤ ਇਹ ਦੋਨੋਂ ਹੀ ਇਹਨਾਂ ਦੀਆਂ ਅਪ੍ਰਕਾਸ਼ਿਤ ਰਚਨਾਵਾਂ ਹੋਣਗੀਆਂ ਓਕੇ ਜੀ ਹੁਣ ਅੱਗੇ ਅਸੀਂ ਨੈਕਸਟ ਜੋ ਪੇਜ ਹੈ ਉਸਦੇ ਵੀ ਦੇਖਾਂਗੇ ਇਹਨਾਂ ਦੀਆਂ ਮਹੱਤਵਪੂਰਨ ਕਵਿਤਾਵਾਂ ਕਿਹੜੀਆਂ-ਕਿਹੜੀਆਂ ਰਾਈਟ ਸਭ ਤੋਂ ਪਹਿਲਾਂ ਸਭ ਤੋਂ ਖਤਰਨਾਕ ਫਿਰ ਹੈ ਬੇਦਖਲੀ ਲਈ ਬਿਨਾ ਪੱਤਰ ਇਹਨਾਂ ਦੇ ਦੋ ਬਿਨਾ ਪੱਤਰ ਹੈ ਇੱਕ ਤਾਂ ਹੈ ਬੇਦਖਲੀ ਲਈ ਬਿਨਾ ਪੱਤਰ ਦੂਸਰਾ ਹੈ धर्म दीक्षा ले बिना पत्र ठीक है एदे ਵਿੱਚ ਦੋ ਕੋਰਸ ਹੈ ਜਿਹੜੀਆਂ UGC NET ਵਿੱਚ ਆਈਆਂ ਹੋਈਆਂ ਮੈਂ ਇਥੇ ਤਾਂ ਸ਼ਾਮਿਲ ਕਰ ਲਿਆ ਕਿ ਹੋ ਸਕਦਾ ਹੈ ਕਿ ਮਾਸਟਰ ਕੈਡਰ ਵਿੱਚ ਵੀ ਆ ਜਾਣ ਠੀਕ ਹੈ ਕਿਉਂਕਿ ਅੱਜ ਤਾਂ ਅਸੀਂ ਇਕੱਲਾ ਪਾਸ ਕਰਦੇ ਪਿਆ ਸਾਨੂੰ ਇਜ਼ੀ ਲੱਗੇਗਾ ਫਿਰ ਜਦੋਂ ਜੰਮਲ ਹੋ ਜਾਂਦਾ ਨਾ ਉਦੋਂ ਐਦਾਂ ਲੱਗਦਾ ਹੈ ਕਿ ਹਾਂ ਬਈ ਇਹ ਕੋਡ ਕਿੰਨੇ ਬੋਲੇ ਸੀ ਸੁਣੀ ਹੋਈ ਹੈ ਯਾਦ ਨਹੀਂ ਹੈ ਇਸ ਲਈ ਇਹਨੂੰ ਅੱਛੀ ਤਰ੍ਹਾਂ ਦੇਖ ਲੈਣਾ ਠੀਕ ਹੈ ਸਭ ਤੋਂ ਪਹਿਲਾਂ ਬੇਦਖਲੀ ਲਈ ਬਿਨਾ ਪੱਤਰ ਵਿੱਚ ਪਾਸ ਕੀ ਬੋਲਦੇ ਹੈ ਉਹੀ ਵਾਲਾ ਜੋ ਮੈਂ ਤੁਹਾਨੂੰ ਬਿਲਕੁਲ ਸ਼ੁਰੂ-ਸ਼ੁਰੂ ਵਿੱਚ ਦੱਸਿਆ ਸੀ ਮੈਂ ਉਮਰ ਭਰ ਜਿਸ ਦੇ ਖਿਲਾਫ ਸੋਚਿਆ ਤੇ ਲਿਖਿਆ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ਵਿੱਚੋਂ ਮੇਰਾ ਨਾਂ ਕੱਟ ਦਿਓ ਯਾਨੀ ਕਿ ਮੈਨੂੰ ਬੇਦਖਲ ਕਰ ਦਿਓ ਠੀਕ ਹੈ ਇਹ ਲਿਖਿਆ ਗਿਆ ਬੇਦਖਲੇ ਲਈ ਬਿਨਾ ਪੱਤਰ ਵਿੱਚ ਅੱਗੇ ਹੈ ਧਰਮ ਦੀਕਸ਼ਾ ਲਈ ਬਿਨਾ ਪੱਤਰ ਇਸ ਵਿੱਚ ਲਿਖਿਆ ਮੇਰਾ ਇੱਕੋ ਹੀ ਪੁੱਤ ਹੈ ਧਰਮ ਧਰਮ ਗੁਰੂ ਉੰਜ ਭਲਾ ਸੱਤ ਵੀ ਹੁੰਦੇ ਉਹਨਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ ਤੇਰੇ ਬਾਰੂਦ ਵਿੱਚ ਰੱਬੀ ਮਹਿਕ ਹੈ ਠੀਕ ਹੈ ਇਹ ਇਹਨਾਂ ਨੇ ਧਰਮ ਦੀਕਸ਼ਾ ਵਿੱਚ ਬੋਲਿਆ ਉਸ ਤੋਂ ਬਾਅਦ ਇਹਨਾਂ ਦਾ ਪ੍ਰਸ਼ਨ ਪੁੱਛਿਆ ਜਾਏਗਾ ਗੀਤਾ ਦਾ ਸੰਗ੍ਰਹਿ ਕਿਹੜਾ ਹੈ ਤਾਂ ਤੁਹਾਨੂੰ ਯਾਦ ਰਹਿਣਾ ਚਾਹੀਦਾ ਹੈ ਸੋਨੇ ਦੀ ਸਵੇਰ ਇਹ ਪਾਸ਼ ਦਾ ਗੀਤਾ ਦਾ ਸੰਗ੍ਰਹਿ ਹੈ ਠੀਕ ਹੈ ਦੇਖੋ ਜਦੋਂ ਵੀ ਮੈਂ ਤੁਹਾਨੂੰ ਥਿਉਰੀ ਕਰਵਾ ਰਹੀ ਹਾਂ ਐਂਦਿਆਂ ਤੁਹਾਨੂੰ ਪੀਪੀਟੀਜ਼ ਮਿਲ ਜਾਣਗੀਆਂ ਕੋਈ ਪ੍ਰੋਬਲਮ ਨਹੀਂ ਹੈ ਕਿੱਥੇ ਮਿਲਣਗੀਆਂ ਟੈਲੀਗ੍ਰam ਚੈਨਲ ਵਿੱਚ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਹੀ ਜਾਣਾ ਹੈ ਓਕੇ ਪਰ ਇਸ ਦੇ ਨਾਲ ਨਾਲ ਪਲੀਜ਼ ਜਦੋਂ ਮੈਂ ਬੋਲਦੀ ਆ ਨਾ ਕਿ ਇਹਦੇ ਵਿੱਚੋਂ ਇਕੁਏਸ਼ਨ ਬਣ ਸਕਦਾ ਹੈ ਉਹਨੂੰ ਪਲੀਜ਼ ਆਪਣੇ ਰਜਿਸਟਰ ਦੇ ਉੱਪਰ ਆਪਣੇ ਹੱਥਾਂ ਨਾਲ ਨੋਟ ਕਰਿਆ ਕਰੋ ਬਹੁਤ ਜ਼ਰੂਰੀ ਹੁੰਦਾ ਆ ਓਕੇ ਕਿਉਂਕਿ ਪੇਪਰ ਜਦੋਂ ਦੇਣ ਜਾਓਗੇ ਨਾ ਉਸ ਟਾਈਮ ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਯਾਦ ਕਰਨ 'ਚ ਬਹੁਤ ਹੈਲਪ ਕਰਨਗੇ ਰਿਵੀਜ਼ਨ ਵਿੱਚ ਓਕੇ ਹੁਣ ਆ ਜਾਂਦੀਆਂ ਇਹਨਾਂ ਦੀਆਂ ਮਹੱਤਵਪੂਰਨ ਕਵਿਤਾਵਾਂ ਉਹਦੇ ਨਾਲ ਇਸ ਵਾਰ ਅਸੀਂ ਹੁਣੇ ਦੇਖਿਆ ਸੀ ਪ੍ਰੇਮ ਬਾਰੇ ਗੱਲ ਕੀਤੀ ਹੈ ਅਸੀਂ ਲੜਾਂਗੇ ਸਾਥੀ ਅਰਥਾਂ ਦਾ અપਮਾਨ ਆਸਮਾਨ ਦਾ ਟੁਕੜਾ ਐਮਰਜੈਂਸੀ ਲੱਗਣ ਤੋਂ ਬਾਅਦ ਇਨਕਾਰ ਸੱਭਿਆਚਾਰ ਦੀ ਖੋਜ ਕੁਲਵਿੰਦਰ ਜੀ ਕਿਸ ਚੀਜ਼ ਦਾ ਲਿੰਕ ਚਾਹੀਦਾ ਹੈ ਪਲੀਜ਼ ਮੈਨੂੰ ਦੱਸ ਦੇਣਾ ਅਗਰ ਟੈਲੀਗ੍ਰਾਮ ਦਾ ਚਾਹੀਦਾ ਹੈ ਤਾਂ ਜਿੰਨੀਆਂ ਵੀ ਤੁਸੀਂ ਵੀਡੀਓਜ਼ ਦੇਖਦੇ ਹੋ ਨਾ ਉਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਹੁੰਦਾ ਆ ਓਕੇ ਉੱਥੋਂ ਤੁਸੀਂ ਦੇਖ ਲੈਣਾ ਪਲੀਜ਼ ਔਰ ਉਹਨੂੰ ਜੁਆਇਨ ਕਰ ਲੈਣਾ ਅੱਗੇ ਸਮਾ ਕੋਈ ਕੁੱਤਾ ਨਹੀਂ ਸੋਗ ਸਮਾਹਰੋ ਵਿੱਚ ਸ਼ਬਦ ਕਲਾ ਤੇ ਕਵਿਤਾ ਕਲਾਮ ਮਿਰਜ਼ਾ ਕਾਮਰੇਡ ਦੀ ਗੱਲਬਾਤ ਕੀਰਤੀ ਦੀ ਇਹ ਕੁਲੀਏ ਕੁੰਡੇ ਦਾ ਜ਼ਖਮ ਖੁੱਲੀ ਚਿੱਠੀ ਦਹਿਕ ਦੇ ਅੰਗਿਆਰਿਆਂ ਤੇ ਸੌਂਦੇ ਰਹੇ ਚਿੜੀਆਂ ਦਾ ਚੰਬਾ ਇਹ ਬਹੁਤ ਇੰਪੋਰਟੈਂਟ ਹੈ ਠੀਕ ਹੈ ਅੱਗੇ ਜਿੱਥੇ ਕਵਿਤਾ ਖਤਮ ਹੁੰਦੀ ਹੈ ਔਰ ਜਿੱਥੇ ਕਵਿਤਾ ਖਤਮ ਨਹੀਂ ਹੁੰਦੀ ਦੋਨੋਂ ਹੀ ਇਨਾਂ ਦੇ ਹੋਗੇ ਓਕੇ ਫਿਰ ਹੈ ਤੀਸਰਾ ਮਹਾਯੁੱਧ ਤੂਫਾਨਾਂ ਨੇ ਕਦੇ ਮਾਤ ਨਹੀਂ ਖਾਦੀ ਦਰੋਣਾਚਾਰਿਆ ਦੇ ਨਾਂ 2 ਤੇ 2 3 ਮੈਂ ਹੁਣ ਵਿਦਾ ਹੁੰਦਾ ਹਾਂ ਯੁੱਧ ਤੇ ਸ਼ਾਂਤੀ ਯੂਰਪੀ ਲੋਕਾਂ ਦੇ ਨਾਂ ਖਤ ਰੱਬ ਨਾ ਕਰੇ ਕਿ ਅਸੀਂ ਭੁੱਲ ਜਾਈਏ ਲੋਹਾ ਵਿਸਥਾਪਨ ਔਰ ਲੰਕਾ ਦੇ ਇਨਕਲਾਬੀਆਂ ਨੂੰ ਇਹ ਸਾਰੀਆਂ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਹੈ। ਓਕੇ ਅਗਰ ਤਾਂ ਤੁਹਾਨੂੰ ਯਾਦ ਹੋ ਜਾਣ ਐਦਾਂ ਹੀ ਤਾਂ ਠੀਕ ਹੈ। ਨਾ ਹੋਈਆਂ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਦੇਣਾ ਔਰ ਅਗਲਾ ਜੋ ਸੈਸ਼ਨ ਲੈ ਕੇ ਆਉਂਗੀ ਮੈਂ ਉਸ ਦੇ ਵਿੱਚ ਤੁਹਾਨੂੰ ਕੋਈ ਵੀ ਜਿਹੜਾ ਵੀ ਕਵੀ ਲੈ ਕੇ ਆਉਂਗੀ ਉਸ ਕਵੀ ਦੇ ਨਾਲ ਐਸ ਦੀ ਕੋਈ ਨਾ ਕੋਈ ਟ੍ਰਿਕ ਦੱਸ ਦੂੰਗੀ ਪਾਸਤੀ। ਓਕੇ ਉਹਦੇ ਨਾਲ ਤੁਸੀਂ ਯਾਦ ਕਰ ਲੈਣਾ। 올 ਰਾਈਟ ਹੁਣ ਅਸੀਂ ਦੇਖਦੇ ਹਾਂ ਕੀ ਇਹਨਾਂ ਨੂੰ ਕਿਹੜੇ-ਕਿਹੜੇ ਸਨਮਾਨ ਔਰ ਅਵਾਰਡ ਮਿਲੇ ਆ ਓਕੇ 1985 ਦੇ ਵਿੱਚ ਇਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਨੇ 1 ਸਾਲ ਦੇ ਲਈ ਫੈਲੋਸ਼ਿਪ ਦਿੱਤੀ ਸੀ ਇਹਨਾਂ ਨੂੰ ਜ਼ਿਆਦਾ ਸਨਮਾਨ ਅਵਾਰਡ ਨਹੀਂ ਮਿਲੇ ਜਿਸ ਤਰ੍ਹਾਂ ਅਸੀਂ ਪਿੱਛੇ ਕਵੀ ਵਗੈਰਾ ਕਿਤੇ ਹੋਏ ਆ ਉਹਨਾਂ ਵਿੱਚ ਅਸੀਂ ਕੀ ਕੀਤਾ ਹਰ ਇੱਕ ਨੂੰ ਸਾਹਿਤ ਅਕਾਦਮੀ ਗਿਆਨਪੀਠ ਪੰਜਾਬ ਭਾਸ਼ਾ ਵਿਭਾਗ ਵੱਲੋਂ ਕਾਫੀ ਅਵਾਰਡਸ ਮਿਲੇ ਆ ਬਟ ਪਾਛ ਨੂੰ ਜ਼ਿਆਦਾ ਅਵਾਰਡਸ ਨਹੀਂ ਮਿਲੇ ਹੋਏ ਓਕੇ ਫਿਰ ਸ਼ਮਸ਼ੇਰ ਸੰਧੂ ਨੇ जी जी पाश ਦੇ ਉੱਪਰ ਇੱਕ ਕਿਤਾਬ ਲਿਖੀ ਸੀ ਇਸ ਕਿਤਾਬ ਦਾ ਨਾਮ ਕੀ ਹੈ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਹਾਂਜੀ ਮਿਨਾਕਸ਼ੀ ਜੀ ਪੱਕਾ ਅਗਲਾ ਜੋ ਮੈਂ ਰਿਕਾਰਡਿੰਗ ਵਿੱਚ ਭੇਜਣਾ ਨਾ ਜਗਤਾਰ ਉਸ ਦੇ ਵਿੱਚ ਮੈਂ ਉਹਨਾਂ ਦੀ ਔਰ ਪਾਸ਼ ਦੀ ਦੋਨਾਂ ਦੀ ਹੀ ਟ੍ਰਿਕ ਦੱਸ ਦੂੰਗੀ ਓਕੇ ਰਾਈਟ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਕਿੰਨਾ ਨੇ ਲਿਖੀ ਸ਼ਮਸ਼ੇਰ ਸੰਧੂ ਨੇ ਲਿਖੀ ਕਿਸ ਦੇ ਲਈ ਲਿਖੀ ਪਾਸ਼ ਦੇ ਲਈ ਲਿਖੀ ਠੀਕ ਹੈ ਤਾਂ ਇਹ ਸੀਗਾ ਜੀ ਪਾਸ ਦੇ ਬਾਰੇ ਦੇ ਵਿੱਚ ਸਾਰੇ ਹੀ ਇੰਪੋਰਟੈਂਟ ਜਾਣਕਾਰੀ ਮੇਰੇ ਹਿਸਾਬ ਨਾਲ ਇਸ ਤੋਂ ਬਾਹਰ ਕੁਝ ਨਹੀਂ ਹੁੰਦਾ ਠੀਕ ਹੈ ਤਾਂ ਫਟਾਫਟ ਅੱਜ ਦੇ ਲਾਸਟ ਵਾਲੇ ਪੰਜ ਪ੍ਰਸ਼ਨ ਸਾਰਿਆਂ ਨੇ ਅਨਸਰ ਕਰਨਾ ਹੈ ਰਾਈਟ ਪਹਿਲਾ ਪ੍ਰਸ਼ਨ ਆ ਰਿਹਾ ਤੁਹਾਡੇ ਸਾਹਮਣੇ ਔਰ ਜਿੱਦਾਂ ਹੀ ਅਗਰ ਤੁਹਾਨੂੰ ਲੱਗ ਰਿਹਾ ਭਾਈ ਲਾਈਕ ਕਰ ਦੇਣਾ ਆਈ ਡੋਨਟ ਨੋ ਕਿੰਨੇ ਨੇ ਕੀਤਾ ਵੈਸੇ 17 ਇਸ ਟਾਈਮ ਵਾਚ ਕਰਦੇ ਪਏ ਹੈ ਔਰ 13 ਲਾਈਕਸ ਆ ਗਿਆ ਕੋਈ ਪ੍ਰੋਬਲਮ ਨਹੀਂ ਮੈਂ ਹਰ ਵਾਰ ਵੈਸੇ ਕਹਿੰਦੀ ਨਹੀਂ ਹੁੰਦੀ ਯੂ نو ਥੈਟ ਰਾਈਟ ਬਟ ਅਗਰ ਤੁਹਾਨੂੰ ਲੱਗੇ ਤਾਂ ਤੁਸੀਂ ਲਾਈਕ ਕਰ ਸਕਦੇ ਹੋ ਅਗਰ ਨਹੀਂ ਤਾਂ ਇਟ ਇਜ਼ ਰੀਅਲੀ ਫਾਈਨ ਓਕੇ ਚਲੋ ਸਭ ਤੋਂ ਪਹਿਲਾ ਕੁਐਸਚਨ ਆ ਰਿਹਾ ਹੈ ਤੁਹਾਡੇ ਸਾਹਮਣੇ ਆਨਸਰ ਕਰੋ ਕਿ ਪਾਸ ਦੇ ਪਿਤਾ ਜੀ ਕਿਸ ਨੌਕਰੀ ਤੇ ਸਨ ਪਾਸ ਦੇ ਪਿਤਾ ਜੀ ਕਿਹੜੀ ਨੌਕਰੀ ਕਰਦੇ ਸੀ ਇਹ ਦੱਸੋ ਜੀ ਥੈਂਕ ਯੂ ਸੋ ਮੱਚ ਮੀਨਾਕਸ਼ੀ ਜੀ ਰੀਅਲੀ ਮੀਨਸ ਅ ਲੋਟ ਟੂ ਮੀ ਥੈਂਕ ਯੂ ਹਾਂਜੀ ਪਹਿਲੇ ਕੁਐਸਚਨ ਦਾ ਆਨਸਰ ਕਰੋ ਪਾਸ ਦੇ ਪਿਤਾ ਜੀ ਕਿਸ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਸੀ ਹਾਂਜੀ ਆਨਸਰ ਆਂਦੋ ਪਲੀਜ਼ ਫੌਜ ਦੇ ਵਿੱਚ ਜੌਬ ਕਰਦੇ ਸੀ ਕੁਲਵਿੰਦਰ ਜੀ ਹਰਜੀਤ ਜੀ ਸਹੀ ਹੈ ਦੂਸਰਾ ਪ੍ਰਸ਼ਨ ਉਹਨਾਂ ਤਿੰਨ ਕਾਵ ਸੰਗ੍ਰਹਿਾਂ ਦੇ ਨਾਮ ਲਿਖੋ ਜੋ ਕਿ ਪਾਸ ਦੇ ਜੋਂਦੇ ਜੀ ਛਪੇ ਸੀ ਤਿੰਨਾਂ ਦੇ ਨਾਮ ਔਰ ਕੋਸ਼ਿਸ਼ ਕਰਨਾ ਇਹਨਾਂ ਨੂੰ ਲਾਈਨ ਵਾਈਜ਼ ਲਿਖਣਾ ਠੀਕ ਹੈ ਹੋ ਸਕੇ ਤਾਂ ਸਾਲ ਵੀ ਲਿਖ ਦੇਣਾ ਫਿਰ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਯਾਦ ਹੋ ਜਾਏਗਾ ਬਿਲਕੁਲ ਆਯੂਸ਼ ਜੀ ਰਾਜਵੀਰ ਜੀ ਥੈਂਕ ਯੂ ਰਾਜਵੀਰ ਜੀ ਹਾਂ ਜੀ ਬਿਲਕੁਲ ਸਾਰਿਆਂ ਦਾ ਠੀਕ ਹੈ ਹੁਣ ਇਸ ਦਾ ਆਨਸਰ ਕਰੋ ਜੀ ਤਿੰਨੋਂ ਕਾਵ ਸੰਗ੍ਰਹਿ ਦੱਸੋ ਜਿਹੜੇ ਕਿ ਆਪਾਸ ਦੇ ਜਿਉਂਦੇ ਜੀ ਛਪੇ ਆ ਓਕੇ ਸਾਲ ਆਂਦੇ ਹੋਣਗੇ ਤਾਂ ਲਿਖ ਦੇਣਾ ਅਦਰਵਾਈਜ਼ ਡਾਇਰੈਕਟ ਨਾਮ ਲਿਖ ਦਿਓ ਸਾਲ ਮੈਂ ਤੁਹਾਨੂੰ ਹੁਣੇ ਟ੍ਰਿਕ ਦੇ ਨਾਲ ਹੀ ਯਾਦ ਕਰਵਾ ਦਿੰਦੀ ਆ ਮੇਰੇ ਮਾਈਂਡ ਵਿੱਚ ਆ ਗਈ ਹੈ ਟ੍ਰਿਕ ਇੱਕ ਹਾਂ ਪਹਿਲੀ ਹੈ ਲੋਕਥਾ ਦੂਸਰੀ ਉੱਡਦੇ ਬਾਜਾਮਗਰ ਵੈਰੀ ਗੁੱਡ ਔਰ ਤੀਸਰੀ ਸਾਡੇ ਸਮਿਆਂ ਵਿੱਚ ਸ਼ਾਬਾਸ਼ ਓਕੇ ਹੁਣ ਦੇਖੋ ਪਹਿਲੀ ਤੁਸੀਂ ਯਾਦ ਕਰ ਲੈਣੀ ਹੈ 1970 ਹੈਨਾ ਫਿਰ 1973 ਹੈ 73 ਦੇ ਤਿੰਨ ਨੂੰ ਐਦਾ ਕਰੋਗੇ ਤਾਂ ਨਹੀਂ 8 ਬਣ ਜਾਣਾ 78 ਬਣ ਗਿਆ ਦੂਸਰੀ 73 ਵਿੱਚ ਹੈ ਤੀਸਰੀ 78 ਵਿੱਚ ਹੈ ਠੀਕ ਹੈ ਇਸ ਤਰ੍ਹਾਂ ਤਿੰਨਾਂ ਦੇ ਸਾਲ ਯਾਦ ਰੱਖ ਲਓ उन्नीस ओके ऐदा याद रख लेना बिल्कुल बिल्कुल सत्तर तिहत्तर अठत् वेरी गुड अगला क्वेश्चन सामने है जी ऐना दिया कोई भी दो रचनावान दसो जो कि छपियां रह गई वैसे तीन है पर मैं तेरे को दो पुछ रहा इवन होर भी होट इंपोर्टेंट एवलिया है वेरी गुड बिल्कुल सही जा रहे हो गुरशरण जी सरोज जी राजवीर जी वेरी गुड हाँ जी दो रचनाव जन छप दो वैसे खत खत ही है, है ना ये तो वैसे ही याद हो जाने चाहिए बहुत आराम होंगे जी हाँ पहला है टानी रजिस्टर हरविंदर जी बिल्कुल सही है बाकी दो ਗੁਰਸ਼ਰਨ ਜੀ ਕਿਹੜਾ ਕਹਿ ਰਹੇ ਹੋ ਤੁਸੀਂ ਐਂ ਦੇ বিনা ਐਕਚੁਅਲੀ ਪ੍ਰੋਬਲਮ ਕੀ ਹੈ 73 ਔਰ 74 ਤੁਹਾਨੂੰ ਦੋਨੋਂ ਮਿਲਣਗੇ ਠੀਕ ਹੈ ਅਗਰ ਕਹਿੰਦੇ ਹੋ 100% ਕਨਫਰਮੇਸ਼ਨ ਕਰਕੇ ਫਿਰ ਮੈਂ ਤੁਹਾਨੂੰ ਨੈਕਸਟ ਲੈਕਚਰ ਵਿੱਚ ਪੱਕਾ ਦੱਸ ਦਿੰਨੀ ਹਾਂ ਓਕੇ ਹਾਂ ਇੱਕ ਹੋਗੀ ਟਾਣੀ ਰਜਿਸਟਰ ਫਿਰ ਹੈ ਪਿਤਾ ਵੱਲੋਂ ਖਤ ਔਰ ਫਿਰ ਹੈ ਭੈਣ ਵੱਲੋਂ ਖਤ ਓਕੇ ਤੇ ਅਗਲਾ ਕੁਐਸਚਨ ਹੈ ਜੀ ਕਿੰਨਾ ਨੇ ਯਾਨੀ ਕਿਹੜੀ ਅਕਾਦਮੀ ਨੇ ਇਹਨਾਂ ਨੂੰ 1 ਸਾਲ ਦੀ ਫੈਲੋਸ਼ਿਪ ਦਿੱਤੀ ਸੀ 1985 ਦੇ ਵਿੱਚ ਹਾਂਜੀ 1985 ਵਿੱਚ ਕਿਸ ਅਕਾਦਮੀ ਨੇ ਇਹਨਾਂ ਨੂੰ 1 ਸਾਲ ਦੀ ਫੈਲੋਸ਼ਿਪ ਦਿੱਤੀ ਕੀ ਆਨਸਰ ਹੋਏਗਾ ਜੀ ਕਿਹੜੀ ਅਕਾਦਮੀ ਨੇ ਇਹਨਾਂ ਨੂੰ ਫੈਲੋਸ਼ਿਪ ਦਿੱਤੀ ਸੀ ਔਰ ਸਾਲ ਯਾਦ ਰੱਖ ਲਓ 1985 ਕਿਉਂਕਿ ਇਹਨਾਂ ਨੂੰ ਹੋਰ ਕੋਈ ਸਨਮਾਨਤਾ ਮਿਲਿਆ ਨਹੀਂ ਹੋਇਆ ਇਸ ਲਈ ਇਹੀ ਯਾਦ ਰੱਖ ਲੈਣਾ ਯੈਸ ਇਹ ਹੈ ਪੰਜਾਬ ਸਾਹਿਤ ਅਕਾਦਮੀ ਮੈਂ ਇੱਕ ਕੋਰਟ ਬੋਲ ਰਹੀ ਆ ਮੈਨੂੰ ਦੱਸਣਾ ਹੈ ਕਿ ਉਹ ਕਿੱਥੋਂ ਲਈ ਗਈ ਹੈ ਮੈਂ ਉਮਰ ਭਰ ਜਿਸ ਦੇ ਖਿਲਾਫ ਸੋਚਿਆ ਤੇ ਲਿਖਿਆ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ਚੋਂ ਮੇਰਾ ਨਾਂ ਕੱਟ ਦੇਵੋ ਇਹ ਕੋਰਟ ਇਹਨਾਂ ਦੀ ਕਿਹੜੀ ਰਚਨਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਨਾਮ ਕੱਟ ਦੇਵੋ ਤੋਂ ਤੁਹਾਨੂੰ ਯਾਦ ਆ ਜਾਣਾ ਚਾਹੀਦਾ ਹੈ ਕਿ ਕਿਹੜੀ ਹੈ ਹਾਂਜੀ ਦੀਜੀ ਇਸੇ ਬਾਰੇ ਮੈਂ ਕਹਾਂ ਕਿ 1973 74 ਦੋ ਮਿਲਦੇ ਹਨ ਨਾ ਆਈ ਵਿਲ ਕਨਫਰਮ ਯੂ ਲੇਟਰ ਓਕੇ ਹਾਂਜੀ ਕਿਹੜਾ ਹੋਏਗਾ ਹਾਂ ਵੈਰੀ ਗੁੱਡ ਇਹ ਹੈ ਬੇਦਖਲੀ ਲਈ ਬਿਨਾ ਪੱਤਰ ਗ੍ਰੇਟ ਮਿਨਾਕਸ਼ੀ ਜੀ ਕੁਲਵਿੰਦਰ ਜੀ ਹਰਵਿੰਦਰ ਜੀ ਬਿਲਕੁਲ ਸਹੀ ਆਨਸਰ ਹੈ ਓਕੇ ਅੱਜ ਦਾ ਲਾਸਟ ਕੁਐਸਚਨ ਦੱਸੋ ਜੀ ਹਾਂ ਇਹਨਾਂ ਨੂੰ ਪੰਜਾਬੀ ਕਾਵ ਦਾ ਡੈਸ਼ ਕਿਹਾ ਜਾਂਦਾ ਹੈ ਕ੍ਰਾਂਤੀ ਦਾ ਕੀ ਇਹ ਦੱਸ ਦਿਓ ਬਸ ਕ੍ਰਾਂਤੀ ਦਾ ਕੀ ਕਿਹਾ ਜਾਂਦਾ ਹੈ 파ਸ਼ ਨੂੰ ਕ੍ਰਾਂਤੀ ਦਾ ਕੀ ਬੋਲਿਆ ਜਾਂਦਾ ਹੈ yes ਲਾਸਟ ਕੁਐਸਚਨ ਅੱਜ ਦਾ yes ਇਹ ਹੈਗਾ ਆ ਕ੍ਰਾਂਤੀ ਦਾ ਮੈਟਾਫਰ ਵੈਰੀ ਗੁੱਡ ਆਊਸਮ ਸਾਰਿਆਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਗ੍ਰੇਟ ਵਨ ਐਂਡ ਹਾਊ ਵਾਸ ਦ ਲੈਕਚਰ ਇਹ ਮੈਨੂੰ ਤੁਹਾਡੀ ਕਮੈਂਟ ਸੈਕਸ਼ਨ ਤੋਂ ਆਪਣਾ ਪਤਾ ਚਲ ਜਾਏਗਾ ਜਦੋਂ ਇਹ रिकॉर्डिंग तन्नू अवेलेबल होगी ओके ओके देन थैंक यू कल मिलਾਂਗੇ ਅਸੀਂ ਦੁਬਾਰਾ ਤੋਂ 6:30 ਵਜੇ ਪੂਰੇ ਠੀਕ ਹੈ ਤਾਂ ਪੂਰੇ 6:30 ਵਜੇ ਤੁਸੀਂ ਆ ਜਾਣਾ ਇਨ ધ ਕੇਸ 1-2 ਮਿੰਟ ਲੇਟ ਹੁੰਦਾ ਤਾਂ ਪਲੀਜ਼ ਬੇਅਰ ਕਰ ਲੈਣਾ ਓਕੇ ਵੈਸੇ ਮੇਰੀ ਟ్రਾਈ ਰਹਿੰਦੀ ਹੈ ਕਿ ਮੈਂ 6:29 ਦੇ ਕਰੀਬ ਆ ਜਾਂਦੀ ਹੁੰਨੀ ਆ ਔਨਲਾਈਨ ਹੈਨਾ ਹਾਂ ਅਗਰ ਕੋਈ ਟੈਕਨੀਕਲ ਇਸ਼ੂ ਨਾ ਹੋਏ ਤਾਂ ਓਕੇ थैंक यू so much हैव अ नाइस टाइम गुड नाइट बाय ਥੈਂਕ ਯੂ ਕੁਲਵਿੰਦਰ ਜੀ